Close Look is brought to you by Applewood Kia. Two locations in Surrey and Langley. Applewood Kia. Park Avenue West in Surrey. ParkAvenueLiving.ca. ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਹੋਸਟ ਸੁੱਖਾ ਕੰਗ ਅਤੇ ਤੁਸੀਂ ਇਸ ਵੇਲੇ ਦੇਖ ਰਹੇ ਹੋ ਪ੍ਰੋਗਰਾਮ ਦੇਸੀ ਕਲੋਜ਼ ਲੁੱਕ। ਦੋਸਤੋ, ਜੇਕਰ ਪੰਜਾਬੀ ਸਿਨੇਮੇ ਦੀ ਗੱਲ ਕਰੀਏ ਤਾਂ ਅੱਜ ਪੰਜਾਬੀ ਸਿਨੇਮਾ ਬੁਲੰਦੀਆਂ ਨੂੰ ਛੂੰਹਦਾ ਹੈ। ਪੰਜਾਬੀ ਸਿਨੇਮਾ ਉਹਨਾਂ ਮੁਟਿਆਰਾਂ ਅਤੇ ਉਹਨਾਂ ਗੱਭਰੂਆਂ ਲਈ ਬੜਾ ਹੀ ਸਹਾਇਕ ਸਿੱਧ ਹੋਇਆ ਜਿਨ੍ਹਾਂ ਨੇ ਕਦੇ ਫਿਲਮਾਂ ਦੇ ਵਿੱਚ ਆਉਣ ਦਾ ਸੁਪਨਾ ਦੇਖਿਆ ਸੀ ਜਾਂ ਆਪਣੇ ਆਪ ਨੂੰ ਵੱਡੇ ਪਰਦੇ 'ਤੇ ਦੇਖਣ ਦਾ ਸੁਪਨਾ ਦੇਖਿਆ ਸੀ। ਦੋਸਤੋ, ਅੱਜ ਤੁਹਾਡੀ ਮੁਲਾਕਾਤ ਕਰਵਾਵਾਂਗੇ ਪੰਜਾਬ ਦੀ ਸੋਹਣੀ ਜੀ ਮੁਟਿਆਰ ਜਸਪਿੰਦਰ ਚੀਮਾ ਹੋਣਾ ਦੇ ਨਾਲ, ਜਿਹੜੇ ਬਤੌਰ ਅਦਾਕਾਰਾ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰਦੇ ਨੇ। ਆਓ ਉਹਨਾਂ ਨਾਲ ਮੁਲਾਕਾਤ ਕਰਦੇ ਹਾਂ ਅਤੇ ਜਾਣਦੇ ਹਾਂ ਉਹਨਾਂ ਦੇ ਫਿਲਮੀ ਸਫ਼ਰ ਬਾਰੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸੁੱਖ ਜੀ, ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਸਾਰੀ ਆਡੀਅੰਸ, ਸਾਰੇ ਸਰੋਤੇ ਜੋ ਦੇਖ ਰਹੇ ਨੇ, ਸੁਣ ਰਹੇ ਨੇ, ਇੱਕ ਕੁੜੀ ਪੰਜਾਬ ਦੀ ਯਾਨੀ ਕਿ ਜਸਪਿੰਦਰ ਚੀਮਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਸਪਿੰਦਰ ਜੀ, ਤੁਸੀਂ ਆਲ ਦਾ ਵੇ ਇੰਡੀਆ ਤੋਂ ਕੈਨੇਡਾ ਦੇ ਵਿੱਚ ਆਏ ਹੋ, ਕੀ ਪਰਪਸ ਆ? ਫੈਮਿਲੀ ਟੂਰ ਆ ਜਾਂ ਕੋਈ ਸ਼ੋਅਜ਼ ਵਗੈਰਾ ਕਰੋ? ਨਹੀਂ, ਸਾਡੇ ਸ਼ੋਅਜ਼ ਹੋ ਰਹੇ ਨੇ, ਕਾਮੇਡੀ ਪਲੇ ਚੱਲ ਰਿਹਾ ਲਾਫਟਰ ਮੇਲ, ਜੋ ਕਿ ਕੈਨੇਡਾ ਦੇ ਵਿੱਚ ਕਾਫੀ ਜਗ੍ਹਾ 'ਤੇ ਹੋ ਚੁੱਕਾ, ਬਹੁਤ ਪਿਆਰ ਮਿਲਿਆ ਕੈਨੇਡਾ ਦੀ ਆਡੀਅੰਸ ਤੋਂ ਸਾਨੂੰ, ਸੋ ਅਸੀਂ ਉਸੇ ਚੱਕਰ 'ਚ ਆਏ ਹਾਂ ਅਤੇ ਆਹ ਇੰਟਰਵਿਊ 'ਤੇ ਫਿਰ ਸਾਡਾ ਫਾਇਦਾ ਹੋ ਗਿਆ। ਅੱਛਾ ਜੀ, ਤੁਸੀਂ ਜਿੱਦਾਂ ਦੱਸਿਆ ਵੀ ਇੱਕ ਕਾਮੇਡੀ ਸ਼ੋਅ ਲੈ ਕੇ ਆਏ, ਤੁਹਾਡੀਆਂ ਮੈਂ ਫਿਲਮਾਂ ਦੇਖੀਆਂ, ਜਿਹੜੀ ਤੁਹਾਡੀ ਵੈਰੀ ਫਸਟ ਫਿਲਮ ਸੀ ਉਹਦੇ ਵਿੱਚ ਵੀ ਕਾਫੀ ਜਿੱਦਾਂ ਸਟਰੋਂਗ ਕਰੈਕਟਰ ਸੀ, ਫਿਰ ਕੰਮ ਦੀ ਡਿਊੜੀ ਉਹ 'ਚ ਵੀ ਸੀਗਾ, ਅਤੇ ਇਹ ਕਿੱਦਾਂ ਇੱਕਦਮ ਚੇਂਜ ਹੋਇਆ? ਐਕਚੁਲੀ ਮੈਂ ਥੀਏਟਰ ਦੀ ਆਰਟਿਸਟ ਹਾਂ ਤਾਂ ਮੈਨੂੰ ਇਹਦੇ 'ਚ ਚਾਰ ਕਰੈਕਟਰ ਕਰਨ ਦਾ ਮੌਕਾ ਮਿਲਿਆ ਇਸ ਪਲੇਅ ਦੇ ਵਿੱਚ, ਇੱਕ ਝੱਲੀ ਜਿਹੀ ਕੁੜੀ, ਇੱਕ ਹੀਰੋਇਨ ਟਾਈਪ ਬਸੰਤੀ ਦਾ ਕਿਰਦਾਰ ਕਰਨ ਨੂੰ ਮਿਲਿਆ, ਫਿਰ ਹੋਰ ਹੀ ਬਹੁਤ ਕਿਰਦਾਰ, ਸੋ ਮੇਰੇ ਲਈ ਅੱਛਾ ਸੀਗਾ ਮੌਕਾ ਮਿਲਿਆ ਮੈਨੂੰ ਕਰਨ ਦਾ। ਮੈਂ ਕਿਹਾ ਕਿ ਚਲੋ ਹੁਣ ਥੀਏਟਰ ਦੀ ਸ਼ੁਰੂਆਤ ਕੀਤੀ ਸੀਗੀ 5 ਸਾਲ ਪਹਿਲਾਂ, ਉਹਨੂੰ ਨਿਭਾਉਣ ਦੀ ਕੋਸ਼ਿਸ਼ ਕੀਤੀ ਅਤੇ ਹੁਣ ਅੱਗੇ ਜੋ ਵੀ ਕੈਰੀ ਔਨ ਕਰਾਂ ਵਧੀਆ ਪ੍ਰੋਜੈਕਟਸ ਕਰਾਂ, ਸੋ ਇਸ ਕਰਕੇ ਮੈਨੂੰ 4-5 ਕਰੈਕਟਰ ਕਰਨ ਦਾ ਮੌਕਾ ਮਿਲਿਆ, ਮੇਰੇ ਲਈ ਤਾਂ ਬਹੁਤ ਅੱਛਾ ਰਿਹਾ। ਅੱਛਾ ਜੀ, ਮੇਰੇ ਖਿਆਲ ਸ਼ੋਅ ਤੁਸੀਂ ਦੱਸਿਆ ਪਹਿਲੀ ਵਾਰ ਕਰ ਰਹੇ ਹੋ, ਕਿੱਦਾਂ ਮਹਿਸੂਸ, ਕੀ ਡਿਫਰੈਂਸ ਲੱਗਿਆ ਤੁਹਾਨੂੰ ਇੱਕ ਪੜਦੇ 'ਤੇ ਆਉਣਾ ਅਤੇ ਇੱਕ ਲਾਈਵ ਆਡੀਅੰਸ? ਲਾਈਵ ਆਡੀਅੰਸ ਦਾ ਡਿਫਰੈਂਸ ਤਾਂ ਹੈ ਜੀ ਬਹੁਤ ਵੱਡਾ, ਕਿਉਂਕਿ ਇੱਥੇ ਕੱਟ ਨਹੀਂ ਹੈਗਾ, ਨੋ ਕੱਟ ਨੋ ਐਕਸ਼ਨ, ਇਟਸ 1 ਐਕਸ਼ਨ 1 ਰੀਲ ਨੋ ਰੀਟੇਕ, ਅਤੇ ਤੁਹਾਨੂੰ ਸਿੱਧਾ ਸਟੇਜ 'ਤੇ ਜਾਣਾ ਪੈਂਦਾ ਆਡੀਅੰਸ ਦੇ ਨਾਲ, ਤੁਹਾਨੂੰ ਪ੍ਰੋਪਰਲੀ ਆਈ ਕੰਟੈਕਟ ਵੀ ਕਰਨਾ ਪੈਂਦਾ, ਕਈ ਵਾਰੀ ਹੂਟਿੰਗ ਵੀ ਹੋ ਸਕਦੀ ਹੈ, ਕੋਈ ਕੁਛ ਬੋਲ ਵੀ ਦਿੰਦਾ, ਜਿਵੇਂ ਆ ਥੋੜ੍ਹੇ ਦਿਨ ਪਹਿਲਾਂ ਸਾਡਾ ਪਲੇ ਸੀਗਾ ਉਹਦੇ 'ਚ ਬਹੁਤ ਰੌਲਾ ਪਾ ਰਿਹਾ ਸੀ ਇੱਕ ਮੁੰਡੇ ਨਾ, ਥੋੜ੍ਹਾ ਕਈ ਵਾਰੀ ਹੋ ਜਾਂਦਾ ਉਹ ਐਂਟਰੀ ਦਾ ਹੂਟਿੰਗ ਹਾਫ ਪਲੇ ਨਿਕਲ ਗਿਆ, ਅਤੇ ਮੇਰਾ ਇੱਕ ਨਾਲ ਦਾ ਕੋ ਐਕਟਰ ਜਿਵੇਂ ਕਹਿੰਦਾ ਹਾਂਜੀ ਆਓ ਜੀ ਬਿਜਲੀ ਜੀ ਕੀ ਹਾਲ ਚਾਲ ਹੈ, ਮੈਂ ਕਿਹਾ ਠੀਕ ਹੈ ਜੀ, ਉੱਧਰੋਂ ਮੁੰਡੇ ਨੇ ਹੂਟਿੰਗ ਸ਼ੁਰੂ ਕਰਤੀ, ਬਿਜਲੀ ਜੀ ਕੀ ਹਾਲ ਚਾਲ ਹੈ, ਮੈਂ ਕਿਹਾ ਵੀਰੇ ਜੇ ਇੱਦਾਂ ਦੇ ਵੀਰੇ ਹੋਣ ਤਾਂ ਭੈਣਾਂ ਦੇ ਹਾਲ ਤਾਂ ਵਧੀਆ ਹੀ ਹੋਣੇ, ਵੀਰੇ ਹੋਰ ਹੂਟਿੰਗ ਕਰ ਮੇਰਾ ਹਾਲ ਚਾਲ ਵਧੀਆ ਹੋ ਜਾਵੇ, ਆਡੀਅੰਸ ਨੇ ਕਲੈਪਿੰਗ ਕਰਤੀ, ਫਨੀ ਹੋ ਗਿਆ ਬਟ ਉਹ ਚੁੱਪ ਕਰ ਗਏ, ਦੈਟ ਵਾਜ਼ ਐਕਸਪੀਰੀਅੰਸ ਡਿਫਰੈਂਟ ਹੁੰਦਾ ਤੁਹਾਡਾ, ਸੋ ਦੈਟ ਵਾਜ਼ ਅ ਵੈਰੀ ਬਿਗ ਡਿਫਰੈਂਸ, ਤੋ ਹੈ ਵੀ ਇਹ ਰਹੇਗਾ ਵੀ ਥੀਏਟਰ ਦਾ ਲਾਈਵ ਆਡੀਅੰਸ ਨਾਲ ਇੰਟਰੈਕਟ ਕਰਨਾ, ਡਾਇਲੋਗਸ ਯਾਦ ਰੱਖਣੇ, ਅਗਲੇ ਆਪਣੇ ਐਕਟਰ ਨੂੰ ਕਿਊ ਦੇਣਾ ਪ੍ਰੋਪਰ, ਬਹੁਤ ਵੱਡੀ ਗੱਲ ਹੈ, ਕਈ ਵਾਰੀ ਹੁੰਦਾ ਸੀ ਆਪਣਾ ਕਿਊ ਮਿਸ ਕਰ ਜਾਂਦੇ, ਵਿਚਾਰਾ ਨਾਲ ਦਾ ਵਿੰਦਰ ਰਹਿੰਦਾ, ਉਹ ਮਤਲਬ ਹੁਣ ਪਤਾ ਹੀ ਨਹੀਂ ਕਿਉਂਕਿ ਕਿਊ ਮਿਸ ਹੋ ਗਿਆ, ਇੱਦਾਂ ਦੇ ਮੌਕੇ 'ਤੇ ਫਿਰ ਕਿਵੇਂ ਸੰਭਾਲਦੇ ਹੋਇਆ ਜੀ? ਉਹ ਕਹਿੰਦਾ ਮੇਰੇ ਭਾਅ ਜੀ ਦਾ ਕਿਊ ਨਿਕਲ ਗਿਆ, ਸੰਘੇ ਵੀਰੇ ਦਾ ਵਿੱਚੋਂ ਕਿਊ ਨਿਕਲ ਗਿਆ, ਅਤੇ ਮੈਂ ਹੱਸਣਾ ਸੀ, ਮੈਂ ਇੱਦਾਂ ਰਹਿ ਗਈ, ਉਹਨੇ ਬੋਲਿਆ ਨਹੀਂ, ਮੈਂ ਕਿਹਾ ਅੱਗੋਂ ਮੈਨੂੰ ਕਹਿੰਦਾ ਹਾਂ ਹਾਂ, ਮੈਂ ਕਿਹਾ ਹਾਂ ਹਾਂ ਹਾਂ, ਇਹ ਬੇਵਕੂਫ ਹੈ ਜੀ, ਬੇਵਕੂਫ ਹੈ, ਬੇਵਕੂਫ ਸੰਭਾਲਿਆ ਜਾਂਦਾ ਕਿਸੇ ਨੇ, ਸੰਭਾਲਿਆ ਜਾਂਦਾ ਜੀ, ਤੋ ਉੱਧਰੋਂ ਫਿਰ ਕਈ ਵਾਰੀ ਹੁੰਦਾ ਕਿ ਉਹ ਥੋੜ੍ਹਾ ਜਿਹਾ ਹੋ ਗਿਆ, ਉਸ ਤੋਂ ਬਾਅਦ ਦੁਬਾਰਾ ਰੀਟੇਕ ਹੋ ਜਾਂਦਾ, ਪਿਛਲਾ ਡਾਇਲੋਗ ਜਿਹੜਾ ਮਿਸ ਕਰਦਾ ਮਿਸ ਕਰਦਾ, ਕਈ ਵਾਰ ਆਰਟਿਸਟ ਉਹ ਪਿਛਲਾ ਚੱਕ ਲੈਂਦਾ, ਸੋ ਆਰਟਿਸਟ ਨੇ ਜਦੋਂ ਪਿਛਲਾ ਚੱਕ ਲਿਆ ਫਿਰ ਉਹੀ ਕਾਫੀ ਫਨ ਜਿਹਾ ਹੁੰਦਾ ਜਦੋਂ ਤੁਸੀਂ ਲਾਈਵ ਕੋਈ ਵੀ ਸ਼ੋਅ ਕਰਦੇ ਹੋ।
ਬਹੁਤ ਅੱਛਾ ਲੱਗਦਾ ਬਹੁਤ ਕੋਮੇਡੀ ਸ਼ੋਅ ਹੈ ਕੋਮੇਡੀ ਸ਼ੋਅ ਦੇ ਵਿੱਚ ਵਾਕਿਆ ਹੀ ਬਹੁਤ ਅੱਛਾ ਲੱਗਦਾ ਕਿਉਂਕਿ ਮੇਰੀ ਇਹਦੇ 'ਚ ਇੱਕ ਜਿਵੇਂ ਗੁੱਡੋ ਦਾ ਕਿਰਦਾਰ ਆ ਉਹਦੇ 'ਚ ਜੂੰਡੀਆਂ ਕੀਤੀਆਂ ਹੋਈਆਂ ਦੋ ਸੋ ਲਾਈਕ ਡਿਫਰੈਂਟ ਚੀਜ਼ਾਂ ਨੇ ਮਜ਼ਾ ਵੀ ਆਉਂਦਾ ਕਰਨ ਦਾ ਖੁਦ ਵੀ ਕਈ ਵਾਰੀ ਖੁਦ ਹਾਸਾ ਨਿਕਲ ਜਾਂਦਾ ਸੋ ਅੱਛਾ ਲੱਗਦਾ ਬਹੁਤ ਅੱਛਾ ਜੀ ਫਿਲਮਾਂ 'ਚੋਂ ਆਉਣ ਤੋਂ ਪਹਿਲਾਂ ਤੁਸੀਂ ਕੋਈ ਇਹਨਾਂ ਦੀ ਫਿਲਮਾਂ 'ਚ ਆਉਣ ਦੇ ਲਈ ਐਜ਼ ਏ ਅਦਾਕਾਰ ਹੀਰੋਇਨ ਕੋਈ ਟ੍ਰੇਨਿੰਗ ਵਗੈਰਾ ਲਈ ਜਾਂ ਮੈਂ ਐੱਮ ਏ ਕੀਤੀ ਹੈ ਥੀਏਟਰ ਦੇ ਵਿੱਚ ਜੀ ਤੋ ਮੈਂ ਮਿਸ ਪੰਜਾਬਣ ਬਣੀ ਸੀ ਪੀ ਟੀ ਸੀ ਦੀ ਪੀ ਟੀ ਸੀ ਮਿਸ ਪੰਜਾਬਣ ਜਿਹੜਾ ਸ਼ੋਅ ਕਰਵਾਉਂਦਾ 2008 ਦੇ ਵਿੱਚ ਉਸ ਤੋਂ ਬਾਅਦ ਫਿਰ ਮੈਂ ਥੀਏਟਰ ਦੇ ਵਿੱਚ ਐਡਮਿਸ਼ਨ ਲਈ ਹੈ ਸੋ ਮੈਂ ਥੀਏਟਰ ਦੀ ਕਲਾਕਾਰ ਹਾਂ ਮੇਨ ਤੋ ਮੈਨੂੰ ਥੀਏਟਰ ਦੇ ਥਰੂ ਫਿਲਮ ਮਿਲੀ ਹੈ ਸੋ ਮੇਰੇ ਲਈ ਥੀਏਟਰ ਬਹੁਤ ਇੰਪੋਰਟੈਂਟ ਹੈ ਸੋ ਮਨਜੀ ਮਨਮੋਹਨ ਸਿੰਘ ਸਾਰੀ ਆਡੀਅੰਸ ਜਾਣਦੀ ਹੈ ਉਹਨਾਂ ਦਾ ਬਹੁਤ ਵੱਡਾ ਨਾਮ ਹੈ ਜੀ ਆਇਆਂ ਨੂੰ ਤੋਂ ਲੈ ਕੇ ਉਹਨਾਂ ਨੇ ਇੱਕ ਕੁੜੀ ਪੰਜਾਬ ਦੀ ਤੱਕ ਜੋ ਸਫ਼ਰ ਉਹਨਾਂ ਦਾ ਬਹੁਤ ਅੱਛਾ ਰਿਹਾ ਤਾਂ ਉਹਨਾਂ ਨੇ ਮੈਨੂੰ ਚਾਂਸ ਦਿੱਤਾ ਸੋ ਮੇਰੀ ਤਾਂ ਸ਼ੁਰੂਆਤ ਹੀ ਬਹੁਤ ਅੱਛੇ ਲੈਵਲ 'ਤੇ ਹੋ ਗਈ ਉਹ ਬਿਕੋਜ਼ ਆਫ ਥੀਏਟਰ ਤੁਹਾਡੀ ਪਹਿਲੀ ਫਿਲਮ ਸੀ ਇੱਕ ਕੁੜੀ ਪੰਜਾਬ ਦੀ ਉਹਦੇ ਵਿੱਚ ਰੋਲ ਤੁਹਾਡਾ ਬਾਕੀ ਇੱਕ ਪੰਜਾਬ ਦੀ ਕੁੜੀ ਦਾ ਸੀ ਪੇਂਡੂ ਜੀ ਕੁੜੀ ਪੇਂਡੂ ਜਿਹੜੀ ਧਾਕੜ ਜੀ ਕੁੜੀ ਕਹਿ ਲਓ ਵੀ ਜਿਹੜੀ ਆਪਣੇ ਆਪ 'ਚ ਵੀ ਮੁੰਡਿਆਂ ਨੂੰ ਤਾਂ ਮਤਲਬ ਤੱਕਣਾ ਹੀ ਨਹੀਂ ਅਤੇ ਉਦੋਂ ਬਾਅਦ ਤੁਹਾਡੀ ਮੂਵੀ ਜਿਹੜੀ ਮੈਂ ਦੇਖੀ ਆ ਕੰਮ ਦੀ ਡਿਊੜੀ ਇਹ ਕਾਫੀ ਡਿਫਰੈਂਸ ਸੀਗਾ ਦੋਨਾਂ ਦੇ ਵਿੱਚ ਅਤੇ ਦੋਨਾਂ ਦੇ ਰੋਲ ਦੇ ਵਿੱਚ ਕਰਦੇ ਹੋਏ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਇਆ ਕਿੱਦਾਂ ਤੁਹਾਨੂੰ ਤੁਸੀਂ ਕਿੱਦਾਂ ਕਰੈਕਟਰ ਦੇ ਵਿੱਚ ਬਣੇ ਕੰਬ ਦੀ ਡਿਊੜੀ ਹੈ ਜਿਹੜੀ ਉਹ ਬਹੁਤ ਇਮੋਸ਼ਨਲ ਕਰੈਕਟਰ ਸੀਗਾ ਕੁੜੀ ਦਾ ਕੁੜੀ ਬਹੁਤ ਇਮੋਸ਼ਨਲੀ ਅਟੈਚ ਹੁੰਦੀ ਹੈ ਫੈਮਿਲੀ ਦੇ ਨਾਲ ਸਭ ਤੋਂ ਜ਼ਿਆਦਾ ਫਾਦਰ ਦੇ ਨਾਲ ਅਟੈਚ ਹੁੰਦੀ ਹੈ ਅਤੇ ਜਦੋਂ ਉਹਦਾ ਪਿਓ ਹੀ ਚੰਗਾ ਨਾ ਹੋਵੇ ਤਾਂ ਕੁੜੀ ਦੀ ਜ਼ਿੰਦਗੀ ਖਤਮ ਹੈ ਉਹਦੇ ਹਸਬੈਂਡ ਤੋਂ ਪਹਿਲਾਂ ਉਹਦਾ ਪਿਓ ਮੈਟਰ ਕਰਦਾ ਸੋ ਮੈਂ ਹੁਣ ਮੈਨੂੰ ਆਪਣੇ ਫਾਦਰ ਸਾਹਿਬ ਨੂੰ ਦੇਖ ਕੇ ਬਹੁਤ ਮਾਣ ਮਹਿਸੂਸ ਹੁੰਦਾ ਉਹਨਾਂ ਨੂੰ ਦੇਖ ਕੇ ਲੱਗਦਾ ਕਿ ਸਾਡਾ ਇੰਨਾ ਅੱਛਾ ਘਰ ਆ ਬਿਕੋਜ਼ ਆਫ ਹਿਮ ਸੋ ਉਹਦੇ ਵਿੱਚ ਜੋ ਇੱਕ ਟੋਪਿਕ ਸੀਗਾ ਇੱਕ ਮੈਨੂੰ ਫੀਲ ਕਰਨ 'ਚ ਥੋੜ੍ਹੀ ਜਿਹੀ ਪ੍ਰੋਬਲਮ ਡੈਫੀਨੇਟਲੀ ਆਈ ਜਦੋਂ ਭਾਅ ਜੀ ਨਵਦੇਵ ਸੰਧੂ ਜੀ ਨੇ ਮੈਨੂੰ ਦੱਸਿਆ ਕਿ ਅਸੀਂ ਆ ਇਹ ਕੰਸੈਪਟ ਆ ਫਿਲਮ ਦਾ ਸੋ ਮੈਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਡੈਫੀਨੇਟਲੀ ਮੈਂ ਕਰਦੀ ਹੁੰਦੀ ਹਾਂ ਮੈਂ ਕੁਝ ਫਿਲਮਸ ਦੇਖੀਆਂ ਕੁੜੀਆਂ ਦੇ ਦਰਦ ਭਰੀਆਂ ਕੁਝ ਚੀਜ਼ਾਂ ਨੋਟਿਸ ਕੀਤੀਆਂ ਫਿਰ ਉਹ ਫੀਲ ਕੀਤਾ ਕਿ ਅੱਛਾ ਜੇ ਕਿਸੇ ਕੁੜੀ ਨਾਲ ਇੱਦਾਂ ਹੁੰਦਾ ਤਾਂ ਉਹਦੇ ਨਾਲ ਕੀ ਬੀਤਦੀ ਆ ਸੋ ਇਹ ਥੀਏਟਰ ਦਾ ਜੋ ਆਪਾਂ ਕੰਮ ਕੀਤਾ ਜਾਂ ਪੜ੍ਹਾਈ ਕੀਤੀ ਉਹ ਕੰਮ ਆਉਂਦੀ ਆ ਸੋ ਬਹੁਤ ਡਿਫਰੈਂਸ ਸੀਗਾ ਉਹਦੇ 'ਚ ਧੱਕੜ ਜਿਹੀ ਕੁੜੀ ਇਹਦੇ 'ਚ ਵੀ ਕੁੜੀ ਸਟਰੋਂਗ ਹੈ ਬਹੁਤ ਬਟ ਇਹਦੇ 'ਚ ਇੱਕ ਇਮੋਸ਼ਨਲੀ ਸਟਰੋਂਗ ਇਮੋਸ਼ਨਲ ਐਂਡ 'ਚ ਰੋਣਾ ਬਹੁਤ ਇੰਪੋਰਟੈਂਟ ਹੋਇਆ ਸਾਡੇ ਲਈ ਕਿਉਂਕਿ ਮੈਂ ਅਸਲੀ 'ਚ ਰੋ ਪਈ ਸੀ ਗਲਿਸਰੀਨ ਤੋਂ ਬਿਨਾਂ ਐਂਡ ਮੈਂ ਕੰਟੀਨਿਊਸਲੀ ਆਈ ਥਿੰਕ ਫੋਰ 3 or 4 ਮਿੰਟਸ ਮੈਂ ਰੋਂਦੀ ਰਹੀ ਉਹ ਫਿਰ ਐਂਡਿੰਗ ਉਹਦੇ 'ਤੇ ਹੋਈ ਹੈ ਜਦੋਂ ਤੁਸੀਂ ਯੂਟਿਊਬ 'ਤੇ ਮੂਵੀ ਦੇਖ ਸਕਦੇ ਹੋ ਕੰਮ ਦੀ ਡਿਊੜੀ ਉਹਦੇ ਲਾਸਟ ਵਿੱਚ ਜੋ ਸੀਨ ਹੈ ਸੋ ਰੋਣ ਦਾ ਸੀਨ ਜਦੋਂ ਓਰੀਜਨਲੀ ਹੋ ਜਾਂਦਾ 3-4 ਮਿੰਟ ਰੈਗੂਲਰਲੀ ਸੋ ਮੀਨਸ ਤੁਸੀਂ ਕਰੈਕਟਰ ਨਾਲ ਅਟੈਚਡ ਹੋ ਬਹੁਤ ਅੱਛਾ ਜੀ ਜਦੋਂ ਤੁਹਾਨੂੰ ਪਹਿਲੀ ਮੂਵੀ ਮਿਲੀ ਆ ਕੋਈ ਖੁਸ਼ੀ ਦਾ ਟਿਕਾਣਾ ਸੀ ਜਾਂ ਵੀ ਛਾਲਾ ਮਾਰ ਕੇ ਭੰਗੜਾ ਨੱਚਣਾ ਵੀ ਪਹਿਲੀ ਫਿਲਮ ਮਿਲ ਗਈ ਸੁਪਨਾ ਹੁੰਦਾ ਹੀ ਹੈ ਬਾਕੀ ਜਦੋਂ ਤੁਸੀਂ ਸੋਚਦੇ ਆ ਕਿ ਮੈਂ ਇੱਕ ਐਜ਼ ਏ ਹੀਰੋਇਨ ਫਿਲਮਾਂ ਦੇ ਵਿੱਚ ਜਾਣਾ ਜੀ ਡੈਫੀਨੇਟਲੀ ਐਕਚੁਲੀ ਮੈਂ ਜਾਣਾ ਨਹੀਂ ਸੀ ਮੂਵੀਜ਼ ਵਿੱਚ ਜੋ ਰਿਐਲਿਟੀ ਹੈ ਸਭ ਨੂੰ ਪਤਾ ਸੋ ਮੈਂ ਮੂਵੀਜ਼ ਵਿੱਚ ਜਾਣਾ ਨਹੀਂ ਸੀ ਬਟ ਆਡੀਅੰਸ ਦਾ ਪਿਆਰ ਸ਼ਾਇਦ ਮੈਨੂੰ ਮਿਲਣਾ ਹੀ ਸੀਗਾ ਸੋ ਮਨਜੀ ਨੇ ਮੇਰਾ ਇੱਦਾਂ ਹੀ ਮੈਨੂੰ ਪਲੇਅ ਦੇਖਿਆ ਸੀ ਮੇਰਾ ਤਾਂ ਉਹਨਾਂ ਨੇ ਉੱਥੋਂ ਸਿਲੈਕਟ ਕੀਤਾ ਜਦੋਂ ਮਨਜੀ ਨੇ ਮੈਨੂੰ ਬੁਲਾਇਆ ਸੋ ਮੈਨੂੰ ਤਾਂ ਡੈਫੀਨੇਟਲੀ ਆਡੀਸ਼ਨ 'ਤੇ ਬੁਲਾਇਆ ਸੀ ਸਕਰੀਨ ਸੀਗਾ ਇੱਦਾਂ ਕੈਮਰਾ ਲੱਗਾ ਸਾਰੇ ਆਏ ਨੇ ਮੈਨੂੰ ਸਕ੍ਰਿਪਟ ਦਿੱਤੀ ਆਹ ਪੜ੍ਹ ਕੇ ਇਹਦਾ ਡਾਇਲੋਗ ਤੁਸੀਂ ਬੋਲ ਦਿਓ ਮੈਂ ਕੈਮਰੇ ਵੱਲ ਦੇਖ ਕੇ ਮੈਂ ਸੋਚਾਂ ਮੈਂ ਕਿਹਾ ਮੈਨੂੰ ਕਿਹੜਾ ਲੈਣਾ ਬੰਦੇ ਨੇ ਮੈਨੂੰ ਕੀ ਲੈਣਾ ਮੇਰਾ ਕਿਹੜਾ ਲੈ ਮਤਲਬ ਆਈ ਵਾਜ਼ ਲਾਈਕ ਦਿਸ ਮੈਂ ਕਿਹਾ ਯਾਰ ਮੈਨੂੰ ਤਾਂ ਲੈਣਾ ਨਹੀਂ ਚਲੋ ਆਡੀਸ਼ਨ ਦੇ ਉਹਨੇ ਕੀ ਫਰਕ ਕੈਮਰੇ ਅੱਗੇ ਜਾ ਕੇ ਡਾਇਲੋਗ ਬੋਲਣਾ ਸੀਗਾ ਜੋ ਫਿਲਮ ਦੇ ਵਿੱਚ ਵੀ ਹੈਗਾ ਸਰਦਾਰ ਸੁਖਦੇਵ ਸਿੰਘ ਸਿੱਧੂ ਜੀ ਘਰੇ ਹੀ ਉਹ ਸੋ ਮੇਰਾ ਨੇਚਰ ਵੀ ਉੱਦਾਂ ਦਾ ਮੇਰੇ ਫਾਦਰ ਸਾਹਿਬ ਨੇ ਮੈਨੂੰ ਪਾਲਿਆ ਵੀ ਮੁੰਡਿਆਂ ਵਾਂਗੂ ਕਰੈਕਟਰ ਜਿਹੜਾ 80% ਮੇਰੇ ਨਾਲ ਮਿਲਦਾ ਸੀ ਸੋ ਮੈਂ ਆਪਣੇ ਫਾਦਰ ਸਾਹਿਬ ਦਾ ਨਾਮ ਲੈ ਕੇ ਪੂਰਾ ਬੋਲ ਕੇ ਕੈਮਰੇ 'ਚ ਮੈਂ ਓਕੇ ਜੀ ਫਿਰ ਠੀਕ ਹੈ ਟਾਟਾ ਕਰਕੇ ਆ ਗਈ ਸੋ ਮੈਨੂੰ ਲੱਗਾ ਮੈਂ ਕਿਹਾ ਮੈਂ ਤਾਂ ਬਹੁਤ ਫੁਕਰੀ ਮਾਰ ਗਈ ਹਾਂ ਮੈਂ ਤਾਂ ਨਹੀਂ ਹੁੰਦੀ ਸਿਲੈਕਟ ਸੋ ਜਦੋਂ ਪਰ ਮੈਨੂੰ ਫਿਰ ਰਾਣਾ ਰਣਵੀਰ ਜੀ ਦਾ ਫੋਨ ਆਇਆ ਥੋੜ੍ਹੇ ਦਿਨਾਂ ਬਾਅਦ ਸੋ ਉਦੋਂ ਫਿਰ ਵਾਕਈ ਬਹੁਤ ਖੁਸ਼ੀ ਮਹਿਸੂਸ ਹੋਈ ਪਰ ਮੈਨੂੰ ਨਹੀਂ ਪਤਾ ਸੀ ਅਮਰਿੰਦਰ ਗਿੱਲ ਨੇ ਫਿਲਮ ਦੇ ਵਿੱਚ ਇੰਨੇ ਵੱਡੇ ਕਲਾਕਾਰ ਨੇ ਦੀ ਦੀਪ ਢਿੱਲੋਂ ਜੀ ਕਮਲਜੀਤ ਜੀ ਨਵਨੀਤ ਜੀ ਸੋ ਮੈਨੂੰ ਲੱਗਾ ਕਿ ਆਈ ਡੋਂਟ ਨੋ ਕੀ ਕੰਸੈਪਟ ਹੁੰਦਾ ਫਿਲਮ ਦਾ ਫੈਮਿਲੀ ਨੂੰ ਵੀ ਥੋੜ੍ਹੀ ਹਿਚਕਿਚਾਹਟ ਸੀਗੀ ਇੰਡਸਟਰੀ 'ਚ ਆਉਣ ਦੇ ਚੱਕਰ ਦੇ ਵਿੱਚ ਫਿਰ ਫਾਦਰ ਸਾਹਿਬ ਮੇਰੇ ਉਹਨਾਂ ਨੇ ਸਿੰਪਲ ਕਿਹਾ ਕਿ ਜੀ ਸਾਡੀ ਕੁੜੀ ਆਊਗੀ ਪਤਾ ਨਹੀਂ ਹੁਣ ਕਿਉਂਕਿ ਇੰਡਸਟਰੀ ਤੋਂ ਸਭ ਪੇਰੈਂਟਸ ਡਰਦੇ ਆ ਇਹ ਫੈਕਟ ਆ ਬਟ ਇੰਡਸਟਰੀ ਬਹੁਤ ਸੇਫ ਹੈ ਸਾਡੀ ਬਹੁਤ ਅੱਛੀ ਇੰਡਸਟਰੀ ਆ ਕੁੜੀ 'ਚ ਜੇ ਖੁਦ ਕੁਛ ਕਰਨ ਦੀ ਹਿੰਮਤ ਹੈਗੀ ਆ ਤਾਂ ਕੋਈ ਟਾਲ ਨਹੀਂ ਸਕਦਾ ਉਹਨੂੰ ਅੱਗੇ ਵਧਣ ਤੋਂ ਸੋ ਫਿਰ ਪਾਪਾ ਬਹੁਤ ਖੁਸ਼ੀ ਹੋਈ ਜਦੋਂ ਫਿਰ ਇੰਨੀ ਖੁਸ਼ੀ ਜਦੋਂ ਪਹਿਲਾਂ ਚੈੱਕ ਮਿਲਿਆ ਉਦੋਂ ਬਹੁਤ ਖੁਸ਼ੀ ਹੋਈ ਚੈੱਕ 'ਤੇ ਬਹੁਤ ਖੁਸ਼ੀ ਹੁੰਦੀ ਮੈਂ ਅਕਸਰ ਇੱਥੇ ਕੁਐਸਚਨ ਕਰਦਾ ਹੁੰਦਾ ਜੀ ਜੀ ਰਾਈਟ ਉਹ ਮੇਰਾ ਪਹਿਲਾ ਚੈੱਕ ਸੀਗਾ ਮੈਨੂੰ ਅਜੇ ਵੀ ਪਤਾ ਜਦੋਂ ਮੈਨੂੰ ਪਹਿਲਾ ਚੈੱਕ ਸਾਈਨ ਹੋਇਆ ਤਾਂ ਮੈਂ ਬਹੁਤ ਖੁਸ਼ ਹੋਇਆ ਪਾਪਾ ਨੂੰ ਮੈਂ ਆਹ ਲਓ ਫੜ ਮੇਰੀ ਕਮਾਈ ਖਾਤਾ ਖੁਤਾ ਖਿਲਾਇਆ ਬੈਂਕ 'ਚ ਮੈਂ ਖਾਤਾ ਪਹਿਲਾਂ ਸੀ ਉਹ 'ਚ ਪਵਾਤੇ ਆਪਣੀ ਜਸਵਿੰਦਰ ਜਿਹੜੀ ਕੰਮ ਦੀ ਡਿਊੜੀ ਫਿਲਮ ਹੈ ਉਹਦੇ ਵਿੱਚ ਤੁਹਾਡਾ ਡਿਫਰੈਂਟ ਤਰ੍ਹਾਂ ਦਾ ਕਿਰਦਾਰ ਆ ਤੁਸੀਂ ਸੋਚਦੇ ਹੋ ਕਿ ਇੱਦਾਂ ਸਮਾਜ ਦੇ ਵਿੱਚ ਵਾਕਈ ਹੁੰਦਾ ਹਾਂਜੀ ਸੋਚਦੇ ਜਦੋਂ ਆਪਾਂ ਪੜ੍ਹਦੇ ਹਾਂ ਜਦੋਂ ਆਪਾਂ ਦੇਖਦੇ ਹਾਂ ਅਖਬਾਰਾਂ ਵਿੱਚ ਦੇਖਦੇ ਹਾਂ ਮੇਰੇ ਖਿਆਲ ਨਾਲ ਬਹੁਤ ਸੇ ਘਰਾਂ ਦੇ ਵਿੱਚ
ਸ਼ਾਇਦ ਉਹਨਾਂ ਦੇ ਕਿਤੇ ਵਾਪਰਿਆ ਹੋਏਗਾ ਇਹ ਗਵਾਂਢ ਵਿੱਚ। ਮੇਰਾ ਐਕਸਪੀਰੀਅੰਸ ਪਰਸਨਲ ਇਹ ਰਿਹਾ ਕਿ ਮੇਰੇ ਦੀਦੀ ਦੇਖ ਰਹੇ ਸੀ ਮੂਵੀ, ਆਸਟ੍ਰੇਲੀਆ ਵਿੱਚ ਸਕਰੀਨਿੰਗ ਹੋਈ, ਮੇਰੀ ਦੀਦੀ ਨੇ ਦੇਖੀ, ਉਹਨਾਂ ਦੇ ਨਾਲ ਕੋਈ ਆਇਆ ਹੋਇਆ ਸੀਗਾ, ਉਹ ਨਾ ਰੋ ਰਹੀ ਸੀ ਦੀਦੀ ਨਾਲ ਗੱਲ ਆ ਕੇ। ਉਹਨਾਂ ਨੇ ਮੈਨੂੰ ਫੋਨ ਕੀਤਾ ਸੀ, ਆਈ ਥਿੰਕ ਮੈਂ ਭਾਅ ਜੀ ਨੂੰ ਦੱਸਿਆ ਸੀਗਾ ਇਹ, ਉਹ ਕਹਿੰਦੇ ਉਹਨਾਂ ਨਾਲ ਇਹ ਚੀਜ਼ ਹੋਈ ਸੀਗੀ। ਉਦੋਂ ਜੋ ਮੇਰਾ ਦਿਲ 'ਚ ਤਕਲੀਫ ਹੋਈ, ਮੈਂ ਕਿਹਾ ਮੈਂ ਮਜ਼ਾਕ 'ਚ ਲੈ ਗਈ, ਮੈਂ ਕਿਹਾ ਦੀਦੀ ਮਜ਼ਾਕ ਨਾ ਕਰੋ। ਕਹਿੰਦੇ ਨਹੀਂ, ਇਹ ਉਸੇ ਲੇਡੀ ਨਾਲ ਹੋਈ ਆ। ਫਿਰ ਉਹਨਾਂ ਨੇ ਮੇਰੇ ਨਾਲ ਵੀ ਗੱਲ ਕੀਤੀ ਸੀ, ਮੇਰੇ ਨਾਲ ਸੀ ਥੋੜ੍ਹੀ ਜਿਹੀ ਗੱਲ ਕੀਤੀ ਸੀ, ਕਾਫੀ ਰੋਏ, ਕਹਿੰਦੇ ਕਿ ਮੇਰੇ ਖੁੱਬੇ ਹੋਏ ਜਾਂ ਦੱਬੇ ਹੋਏ ਜ਼ਖਮ ਤੁਸੀਂ ਬਾਹਰ ਕੱਢਤੇ। ਅਤੇ ਉਹ ਜਦੋਂ ਉਹਨਾਂ ਨੇ ਮੈਨੂੰ ਦੱਸਿਆ, ਮੈਨੂੰ ਬਿਲੀਵ ਤਾਂ ਨਹੀਂ ਹੋਇਆ, ਪਰ ਫਿਰ ਕਹਿ ਲਓ ਕਿ ਜਦੋਂ ਕੰਨੀ ਸੁਣੀ ਅੱਖੀਂ ਦੇਖੀਆਂ ਚੀਜ਼ਾਂ ਗਲਤ ਨਹੀਂ ਹੁੰਦੀਆਂ। ਸੋ ਜੇ ਉਹਨਾਂ ਨਾਲ ਹੋਇਆ, ਡੈਫੀਨੇਟਲੀ ਹੋਰ ਵੀ ਕਿਤੇ ਪਰਿਵਾਰਾਂ ਦੇ ਵਿੱਚ ਹੁੰਦਾ ਹੋਏਗਾ, ਅਖਬਾਰਾਂ 'ਚ ਪੜ੍ਹੀਦਾ, ਨਿਊਜ਼ ਪੇਪਰਸ 'ਚ ਪੜ੍ਹੀਦਾ। ਸੋ ਕੁੜੀਆਂ ਨਾਲ ਕਿਸੇ ਹੱਦ ਤੱਕ ਧੱਕਾ ਤਾਂ ਹੁੰਦਾ ਹੀ ਆ। ਮੈਂ ਇਹ ਨਹੀਂ ਕਹਿੰਦੀ ਕਿ ਮੁੰਡਿਆਂ ਨਾਲ ਨਹੀਂ ਹੁੰਦਾ, ਮੁੰਡਿਆਂ ਨਾਲ ਵੀ ਹੁੰਦਾ। ਇਹ ਜਿਹੜੀ ਗਲਤ ਚੀਜ਼ ਆ, ਇਕੱਲੀ ਕੁੜੀਆਂ ਨਾਲ ਨਹੀਂ ਹੋਈ, ਬੱਚਿਆਂ ਨਾਲ ਵੀ ਹੁੰਦੀਆਂ ਨੇ। ਪਰ ਠੀਕ ਹੈ, ਕੁੜੀ ਨੂੰ ਕਈ ਵਾਰੀ ਬਹੁਤ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ। ਫਿਰ ਉਹ ਜਦੋਂ ਅਸੀਂ ਇਹ ਫਿਲਮ ਦਾ ਕੰਸੈਪਟ ਭਾਅ ਜੀ ਨੇ ਸੋਚਿਆ, ਸੋ ਸਾਨੂੰ ਪਤਾ ਸੀਗਾ ਨੈਗੇਟਿਵ ਹੀ ਜਾ ਸਕਦਾ ਫੋਰ ਸ਼ੋਰ। ਲੋਕ ਸਟੈਂਡ ਲੈਣਗੇ ਕਿ ਤੁਸੀਂ ਕਿੱਦਾਂ ਫਾਦਰ ਨੂੰ ਗਲਤ ਕਹਿ ਸਕਦੇ, ਇੱਕ ਆਪਣੀ ਬੱਚੀ ਦੇ ਨਾਲ ਸਟੈਂਡ ਲੈਣਗੇ। ਪਰ ਪੋਜ਼ੀਟਿਵ ਗਿਆ, ਲੋਕਾਂ ਨੇ ਬਹੁਤ ਪਿਆਰ ਕੀਤਾ ਇਸ ਸਾਡੇ ਕੰਸੈਪਟ ਨੂੰ, ਲੋਕਾਂ ਨੇ ਬਹੁਤ ਜ਼ਿਆਦਾ ਸਰਾਇਆ, ਸਾਨੂੰ ਐਪਰੀਸ਼ੀਏਟ ਕੀਤਾ ਬਹੁਤ ਕਿ ਤੁਸੀਂ ਇੱਦਾਂ ਦਾ ਇੱਕ ਕੰਸੈਪਟ ਲੈ ਕੇ ਆਇਓ, ਹਿੰਮਤ ਹੈ। ਜਦੋਂ ਆਪਾਂ ਕੁੜੀਆਂ ਦੀ ਕਾਲਜ ਜਾ ਕੇ ਸਕਰੀਨਿੰਗਸ ਕੀਤੀ, ਕੰਬ ਦੀ ਜੋੜੀ, ਮਤਲਬ ਇਸ ਸ਼ਬਦ ਜੋੜੀ ਇਜ਼ ਆਲਵੇਜ਼ ਲਾਈਕ ਇੱਕ ਦਹਿਲੀਜ਼ ਜੇ ਤੁਸੀਂ ਸੇਫ ਰਹਿੰਦੇ ਹੋ। ਕਹਿੰਦੇ ਹੁੰਦੇ ਉਹੀ ਡਾਇਲੋਗ ਵੀ ਹੈ ਫਿਲਮ ਦੇ ਵਿੱਚ ਕਿ ਧੀਏ ਆਪਣੀ ਡਿਉੜੀ ਦੇ ਅੰਦਰ ਹੈ, ਸੁਰੱਖਿਅਤ ਰਹੇਗੀ, ਇਹ ਗੱਲਾਂ ਕਹੀਆਂ ਜਾਂਦੀਆਂ। ਜਦੋਂ ਫਿਰ ਡਿਉੜੀ ਸੁਰੱਖਿਅਤ ਨਹੀਂ ਤਾਂ ਫਿਰ ਕੁੜੀ ਕਿੱਥੇ ਜਾਵੇ? ਫਿਲਮ ਦੇ ਵਿੱਚ ਨਹੀਂ ਸੁਰੱਖਿਅਤ ਸੀ ਦਿਖਾਇਆ ਗਿਆ, ਤਾਂ ਉਹ ਫਿਰ ਇਹ ਕੰਸੈਪਟ ਜੋ ਚੁੱਕਿਆ, ਇਹ ਵੈਸੇ ਵੀ ਇੱਕ ਰੀਅਲ ਸਟੋਰੀ ਹੈ, ਇਹ ਹੈ ਜਿਹੜੀ ਰੀਅਲ ਸਟੋਰੀ ਲਿਖੀ ਹੋਈ ਹੈ ਜੀ, ਉਹਦੇ ਉੱਪਰ ਹੀ ਫਿਲਮ ਬਣੀ ਹੈ। ਸੋ ਦੁੱਖ ਹੁੰਦਾ, ਦਿਲ ਨੂੰ ਤਕਲੀਫ ਵੀ ਹੁੰਦੀ ਹੈ। ਅੱਛਾ ਜੀ, ਫਿਊਚਰ ਦੇ ਵਿੱਚ ਕੋਈ ਹੋਰ ਮੂਵੀਜ਼ ਵੀ ਆ ਰਹੀਆਂ? ਹਾਂਜੀ, ਮੇਰਾ ਫਿਊਚਰ ਪ੍ਰੋਜੈਕਟਸ ਆ ਰਹੇ ਨੇ। ਇੱਕ ਤਾਂ ਪੰਜਾਬੀ ਫਿਲਮ ਆ ਰਹੀ ਹੈ ਗੇਲੋ, ਉਹ ਵੀ ਨੋਵਲ ਦੇ ਉੱਪਰ ਬੇਸਡ ਹੈ, ਫੀਮੇਲ ਓਰੀਐਂਟਿਡ ਹੈ, ਰਾਮ ਸਰੂਪ ਅਣਖੀ ਜੀ ਦਾ ਸ਼ੋਰਟ ਫਿਲਮ ਹੈ ਜੀ, ਫੀਚਰ ਫਿਲਮ ਹੈ ਪੂਰੀ ਗੇਲੋ। ਹਾਂਜੀ, ਇਹ ਬਹੁਤ ਅੱਛਾ ਨੋਵਲ ਹੈ ਅਤੇ ਉਹਦੇ ਉੱਤੇ ਫਿਲਮ ਬਣੀ ਹੈ। ਫਿਰ ਬਾਲੀਵੁੱਡ 'ਚ ਵੀ ਇੱਕ ਐਂਟਰੀ ਕਰ ਜਾ ਰਹੀ ਹਾਂ, ਹਿੰਦੀ ਫਿਲਮ ਹੈ ਸਾਵੀ, ਉਹ ਵੀ ਇੱਕ ਪਲੇ ਦੇ ਬੇਸਡ ਹੈ ਫਿਲਮ। ਸੋ ਉਹਦੀ ਵੀ ਨਵੰਬਰ ਦੇ ਵਿੱਚ ਰਿਲੀਜ਼ਿੰਗ ਹੈ। ਸੋ ਇਹ ਦੋ ਕੰਸੈਪਟ ਮੇਰੇ ਆ ਰਹੇ ਨੇ, ਅੱਗੇ ਹੋਪਫੁਲੀ ਪਰਮਾਤਮਾ ਮੇਰ ਰੱਖੇਗਾ, ਅੱਛੇ ਪ੍ਰੋਜੈਕਟ ਕਰਾਂਗੇ। ਅੱਛਾ ਜੀ, ਪੰਜਾਬੀ ਫਿਲਮਾਂ ਦੇ ਵਿੱਚ ਤੁਸੀਂ ਹੁਣ ਜਦੋਂ ਦੱਸਿਆ ਵੀ ਹਿੰਦੀ ਫਿਲਮਾਂ ਨੂੰ ਹੋਏ ਹੋ ਥੋੜ੍ਹਾ ਜਿਹਾ, ਉੱਥੋਂ ਦਾ ਐਕਸਪੀਰੀਅੰਸ ਦੱਸੋ ਕਿੱਦਾਂ ਦਾ ਰਿਹਾ? ਵੀ ਆਪਣੇ ਪੰਜਾਬੀ ਵਾਲੇ ਡਾਇਰੈਕਟਰ ਜ਼ਿਆਦਾ ਵਧੀਆ ਕਿ ਹਿੰਦੀ ਵਾਲੇ ਜੀ? ਇਹਨਾਂ ਦੇ ਡਾਇਰੈਕਟਰ ਤਾਂ ਸਾਡੇ ਪੰਜਾਬੀ ਵਾਲੇ ਸੀਗੇ, ਰਾਜੀਵ ਜੀ ਜਿਨ੍ਹਾਂ ਨੇ ਨਾਭਰ ਬਣਾਈ ਸੀਗੀ, ਡਾਇਰੈਕਟਰ ਪੰਜਾਬੀ ਦੇ ਸੀ, ਬਟ ਪ੍ਰੋਡਕਸ਼ਨ ਉਹਨਾਂ ਦੀ ਪ੍ਰੋਡਿਊਸਰ ਜਿਹੜੇ ਸੀਗੇ ਉਹ ਸਾਰੇ ਹਿੰਦੀ ਦੇ ਸੀ, ਉਹਦੇ ਕਰਕੇ ਮੈਨੂੰ ਇੱਕ ਪ੍ਰੋਫੈਸ਼ਨਲਿਜ਼ਮ ਲੱਭੀ। ਇਹ ਮੈਂ ਰਿਐਲਿਟੀ ਕਹਿੰਦੀ ਹਾਂ, ਸਾਡੀ ਇੰਡਸਟਰੀ ਦੇ ਵਿੱਚ ਜੋ ਘਾਟ ਹੈ, ਥੋੜ੍ਹੀ ਜਿਹੀ ਪ੍ਰੋਫੈਸ਼ਨਲਿਜ਼ਮ ਦੀ ਘਾਟ ਹੈ ਕਿ ਇੱਕ ਟਾਈਮ 'ਤੇ ਕੰਮ ਕਰਨਾ, ਜਿਵੇਂ ਅਸੀਂ ਸਵੇਰੇ ਉੱਠਦੇ ਹਾਂ, ਰੋਟੀ ਖਾਂਦੇ ਹਾਂ, ਉੱਠਦੇ ਹਾਂ, ਬੈਠਦੇ ਹਾਂ, ਸਾਰਾ ਕੰਮ ਕਰਦੇ, ਇੱਕ ਸਾਡੀ ਟਾਈਮਿੰਗ ਹੁੰਦੀ ਆ, ਅਸੀਂ ਨੌਕਰੀ 'ਤੇ ਜਾਂਦੇ ਹਾਂ। ਇਹ ਵੀ ਪ੍ਰੋਫੈਸ਼ਨ 'ਚ ਵੀ ਹੋਣਾ ਚਾਹੀਦਾ ਕਿ ਤੁਸੀਂ ਉੱਠੇ, ਤੁਸੀਂ ਕੰਮ ਕੀਤਾ, ਪਰ ਉਹ ਪੰਜਾਬੀ ਇੰਡਸਟਰੀ 'ਚ ਕਿਤੇ ਮਿਸਿੰਗ ਆ। ਹਰ ਬੰਦਾ ਆਪਣਾ ਫਾਇਦਾ ਲੱਭਦਾ ਹੈ, ਜੇ ਕਿਸੇ ਨੂੰ 10 ਰੁਪਏ ਬਚਾਉਂਦਾ ਨਾ ਕੋਈ ਪ੍ਰੋਡਕਸ਼ਨ ਦੇ ਵਿੱਚੋਂ, ਤਾਂ ਉਹਦਾ 100 ਖਰਚਿਆ ਵੀ ਜਾਂਦਾ, ਉਹਨੂੰ ਵੀ ਬਿਲੀਵ ਨਹੀਂ ਹੁੰਦਾ। ਬਟ ਇਹ ਪ੍ਰੋਡਕਸ਼ਨ 'ਚ ਬਹੁਤ ਪ੍ਰੋਡਕਸ਼ਨ ਵੈਲਿਊ ਦਾ ਬਹੁਤ ਵੱਡਾ ਡਿਫਰੈਂਸ ਆ ਜੀ ਪੰਜਾਬੀ ਇੰਡਸਟਰੀ ਅਤੇ ਬਾਲੀਵੁੱਡ ਦਾ, ਦੋਨਾਂ ਦਾ। ਸੋ ਮੈਨੂੰ ਅੱਛਾ ਲੱਗਾ ਬਾਲੀਵੁੱਡ ਦੀ ਟੀਮ ਨਾਲ ਕੰਮ ਕਰਕੇ। ਹੁਣ ਦੇਖਦੇ ਹਾਂ ਉਹ ਕੰਸੈਪਟ ਫੀਮੇਲ ਓਰੀਐਂਟਿਡ ਹੈ, ਕਿਸ ਹੱਦ ਤੱਕ ਲੋਕਾਂ ਦੀ ਨਜ਼ਰ 'ਚ ਆਉਂਦਾ, ਸੋ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਜੀ ਫਾਇਦਾ ਇਹਦਾ। ਅੱਛਾ ਜੀ, ਜਦੋਂ ਕੋਈ ਵੀ ਫਿਲਮ ਰਿਲੀਜ਼ ਹੁੰਦੀ ਹੈ, ਉਦੋਂ ਕਿੰਨੀਆਂ ਕੁ ਉਮੀਦਾਂ ਰੱਖਦੇ ਹੋ ਤੁਸੀਂ? ਵੀ ਇਹ ਤੁਹਾਨੂੰ ਸਟੋਰੀ ਤੁਹਾਡੇ ਸਾਹਮਣੇ ਹੁੰਦੀ ਹੈ, ਤੁਸੀਂ ਸਾਰਾ ਗੋ ਥਰੂ ਹੋਏ ਹੁੰਦੇ ਆ, ਤੁਹਾਨੂੰ ਪਹਿਲਾਂ ਪਤਾ ਲੱਗਣ ਲੱਗ ਜਾਂਦਾ ਵੀ ਇਹ ਹਿੱਟ ਹੋਊਗੀ ਜਾਂ ਔਡੀਅੰਸ ਪਸੰਦ ਕਰੂਗੀ ਜਾਂ ਨਹੀਂ? ਜੀ, ਕਹਿ ਲਓ ਕਿ ਮਾਂ ਨੂੰ ਜਾਂ ਪਿਓ ਨੂੰ ਤਾਂ ਸਾਰੇ ਨਿਆਣੇ ਪਿਆਰੇ ਹੁੰਦੇ ਆ। ਸੋ ਜਾਨੂੰ ਜਦੋਂ ਕੰਸੈਪਟ ਮਿਲਦਾ, ਸਾਨੂੰ ਪੂਰਾ ਫੀਲ ਹੁੰਦਾ ਕਿ ਹਾਂ ਅੱਛਾ ਹੋਏਗਾ, ਕੰਸੈਪਟ ਅੱਛਾ ਹੁੰਦਾ। ਬਟ ਉਹਦੀ ਜਦੋਂ ਪ੍ਰੋਡਕਸ਼ਨ ਹੁੰਦੀ ਹੈ, ਕੰਸੈਪਟ ਦੀ ਫਿਲਮ ਸ਼ੂਟ ਹੁੰਦੀ ਹੈ, ਜਦੋਂ ਰਿਲੀਜ਼ ਹੁੰਦੀ ਹੈ ਨਾ, ਕਈ ਵਾਰੀ ਬਾਣੀ ਕੁਛ ਹੋਰ ਜਾਂਦੀ ਉਮੀ, ਮਤਲਬ ਕੰਸੈਪਟ ਆ ਦਿੱਤਾ ਸਾਨੂੰ, ਸਾਨੂੰ ਕਹਿੰਦੇ ਆ ਜੀ ਆਹ ਤੁਸੀਂ ਖਾਓ ਜੀ, ਬਹੁਤ ਅੱਛਾ ਸੇਵ ਹੈ ਖਾਓ, ਜਦੋਂ ਕੱਟ ਕੇ ਦੇਖੀ ਦੇ ਵਿੱਚ ਸੁੰਡੀਆਂ ਹੁੰਦੀਆਂ। ਸੋ ਇਹ ਵੀ ਬਹੁਤ ਵਾਰੀ ਹੁੰਦਾ, ਸਕ੍ਰਿਪਟ ਅੱਛੀ ਹੁੰਦੀ ਹੈ ਮੇਨ ਹੁੰਦਾ, ਬਾਅਦ ਚੋਂ ਡਾਇਰੈਕਟਰ ਵੀ ਅੱਛਾ ਹੋਵੇ, ਫਿਰ ਉਤੋਂ ਐਕਟਰ, ਮਤਲਬ ਐਵਰੀਥਿੰਗ ਸ਼ੁੱਡ ਬੀ ਦੀਅਰ ਗੁੱਡ। ਇਹ ਨਹੀਂ ਹੈ ਕਿ ਇਕੱਲਾ ਕੰਸੈਪਟ ਅੱਛਾ ਹੋਵੇ, ਸੋ ਉਹਨੂੰ ਪ੍ਰਜੈਂਟ ਕਿੱਦਾਂ ਕਰਦੇ ਆ। ਕਈ ਵਾਰੀ ਕੰਸੈਪਟ ਅੱਛਾ ਹੁੰਦਾ, ਪ੍ਰਜੈਂਟੇਸ਼ਨ ਬਹੁਤ ਗੰਦੀ ਹੁੰਦੀ, ਕਈ ਵਾਰੀ ਪ੍ਰਜੈਂਟੇਸ਼ਨ ਇੰਨੀ ਸੋਹਣੀ ਹੁੰਦੀ ਹੈ, ਕੰਸੈਪਟ 'ਚ ਕੁਛ ਨਹੀਂ ਹੁੰਦਾ। ਸੋ ਉਮੀਦ ਤਾਂ ਮੈਂ ਹਮੇਸ਼ਾ ਹੀ ਮਤਲਬ ਰੱਬ 'ਤੇ ਛੱਡਿਆ, ਅਸੀਂ ਕੋਸ਼ਿਸ਼ ਕਰਦੇ ਹਾਂ ਐਜ਼ ਆ ਐਕਟਿੰਗ ਵਾਈਜ਼ ਸਾਡੀ ਆਡੀਅੰਸ ਹਮੇਸ਼ਾ ਸਾਨੂੰ ਸਤਿਕਾਰ ਦੇਵੇ। ਮੇਰੀ ਵੀਰਾਂ ਨਾਲ ਸਰਦਾਰੀ ਫਿਲਮ ਨਹੀਂ ਚੱਲੀ, ਬਟ ਜਿੰਨਿਆਂ ਨੇ ਦੇਖੀ ਉਹਨਾਂ ਨੇ ਮੈਨੂੰ ਜ਼ਰੂਰ ਸਰਾਇਆ, ਉਹਨਾਂ ਕਿਹਾ ਜਸਪਿੰਦਰ ਤੁਹਾਡਾ ਕੰਮ ਅੱਛਾ। ਹਾਂ, ਮੈਨੂੰ ਨੋ ਡਾਊਟ ਉਹਦੇ 'ਤੇ ਆਪਣਾ ਕੰਮ ਬਹੁਤ ਬਕਵਾਸ ਲੱਗਾ, ਪਰ ਫਿਰ ਵੀ ਲੋਕਾਂ ਨੇ ਪਿਆਰ ਦਿੱਤਾ। ਸੋ ਇੰਨਾ ਫਰਕ ਹੁੰਦਾ ਜੀ।
ਸੋ ਜਦੋਂ ਮੈਂ ਫਾਰਮੇਸੀ ਕੀਤੀ ਗ੍ਰੈਜੂਏਸ਼ਨ ਆਈ ਡਿਡ ਕੋਰਸਪੋਂਡੈਂਸ 2 ਸਾਲ ਦੇ ਵਿੱਚ ਸੋ ਐਕਚੁਅਲੀ ਇੰਟੈਲੀਜੈਂਟ ਬੱਚੀ ਸੀਗੀ ਮੈਂ ਹੈਗੀ ਵੀ ਤਾਂ ਉਹਨਾਂ ਨੇ ਅਸੀਂ ਪੜ੍ਹਾਈ ਵਿੱਚ ਮੈਂ IAS ਦੀ ਤਿਆਰੀ ਕਰ ਰਹੀ ਸੀ IPS ਦੀ ਸੋ ਜਦੋਂ ਇਹ ਤਿਆਰੀ ਕਰਦਿਆਂ ਕਰਦਿਆਂ ਮੈਨੂੰ ਮਿਸ ਪੰਜਾਬਾਂ ਦਾ ਕੰਟੈਸਟ ਹੋਇਆ ਸਾਡੇ ਕਾਲਜ ਦੇ ਵਿੱਚ ਆਡੀਸ਼ਨ ਸੀਗਾ ਸੋ ਮੈਂ ਕਿਹਾ ਚਲੋ ਇੱਕ ਆਡੀਸ਼ਨ ਸੀਗਾ ਮੈਨੂੰ ਪੰਪ ਦਿੱਤਾ ਸਾਰਿਆਂ ਨੂੰ ਤੂੰ ਸੋਹਣੀ ਸੁਨੱਖੀ ਲੰਮੀ ਚੱਲ ਜਾ ਸੋਹਣੀ ਮੈਂ ਐਵੇਂ ਪੰਪ ਮਤਲਬ ਲਾਈਕ ਪੰਪਿੰਗ ਮਿਲ ਗਈ ਤੁਹਾਨੂੰ ਕੀ ਲੱਗਿਆ ਵੀ ਝੂਠ ਬੋਲਦੇ ਸੱਚ ਬੋਲਦੇ ਮੈਨੂੰ ਖੁਦ ਨਹੀਂ ਪਤਾ ਕਿਉਂਕਿ ਅਜੇ ਤੱਕ ਮੈਨੂੰ ਅਜੇ ਤੱਕ ਨਹੀਂ ਪਤਾ ਲੱਗਾ ਸੋ ਦੇ ਲਾਈਕ ਦੇ ਬਾਅਦ ਤੂੰ ਚੱਲ ਜਾ ਕੋਈ ਨਹੀਂ ਇਟ ਵਿਲ ਬੀ ਵੈਰੀ ਗੁੱਡ ਆਡੀਸ਼ਨ ਤਾਂ ਦਿਓ PTC ਦਾ ਸੋ ਮੈਂ ਆਡੀਸ਼ਨ ਦਿੱਤਾ ਐਂਡ ਜਦੋਂ ਵਾਪਸ ਆਈ ਘਰੇ ਸੋ ਮੇਰੇ ਤਾਇਆ ਜੀ ਇਜ਼ ਲਾਈਕ ਮੇਰੇ ਜਿਹੜੇ ਵੱਡੇ ਪਾਪਾ ਨੇ ਉਹਨਾਂ ਦਾ ਮੇਨ ਜ਼ਿਆਦਾ ਸਟੱਡੀਜ਼ ਨੂੰ ਲੈ ਕੇ ਬਟ ਉਹਨਾਂ ਨੇ ਤਾਂ ਮਤਲਬ ਇਟ ਵਾਜ਼ ਲਾਈਕ ਵਟ ਇਜ਼ ਦਿਸ ਆਹ ਕਰਨ ਜਾਣਾ ਤੁਸੀਂ ਯੂ ਆਰ ਗੋਇੰਗ ਟੂ ਬੀ ਅਰ IPS ਆਫਿਸਰ ਵਟ ਇਜ਼ ਦਿਸ ਇਹ ਵੋ ਮੈਂ ਕਿਹਾ ਮੈਂ ਜਸਟ ਇੱਕ ਮਤਲਬ ਆਪਣੇ ਇੰਟਰਸਟ ਸੇਕ ਗਈ ਹਾਂ ਨਥਿੰਗ ਮੋਰ ਦੈਨ ਦੈਟ ਬਟ ਜੋ ਮੇਰੇ ਫਾਦਰ ਸਾਹਿਬ ਨੇ ਮੇਰਾ ਸਾਥ ਦਿੱਤਾ ਜੋ ਮੇਰੀ ਮਦਰ ਨੇ ਮੇਰਾ ਸਾਥ ਦਿੱਤਾ ਦੈਟ ਵਾਜ਼ ਅਮੇਜ਼ਿੰਗ ਜੇ ਸੀਰੀਅਸਲੀ ਜੇ ਮੇਰੇ ਫਾਦਰ ਸਾਹਿਬ ਸਾਥ ਨਾ ਦਿੰਦੇ ਤਾਂ ਮੈਂ ਗਰੰਟੀ ਲਾ ਕੇ ਦੇ ਸਕਦੀ ਮੈਂ ਨਹੀਂ ਸੀ ਹੁੰਦੀ ਉੱਥੇ ਪਾਪਾ ਨੇ ਫਿਰ ਤਾਇਆ ਜੀ ਨੇ ਥੋੜ੍ਹੀ ਦੇਰ ਨਹੀਂ ਬੁਲਾਇਆ ਮੈਨੂੰ ਫਿਰ ਮੈਂ ਪਾਪਾ ਨੂੰ ਕਿਹਾ ਮੈਂ ਕਿਹਾ ਪਾਪਾ ਆਡੀਸ਼ਨ ਦੇਣਾ ਆ 2007 ਵਿੱਚ ਮੈਂ ਮਿਸ ਪੰਜਾਬਾਂ ਲਈ ਗਈ ਸੀ ਐਂਡ ਮੈਂ ਆਡੀਅੰਸ ਨੂੰ ਦੱਸਣਾ ਚਾਹੂੰਗੀ ਉਦੋਂ ਮੈਂ ਹਾਰੀ ਸੀਗੀ ਬੁਰੇ ਤਰੀਕੇ ਨਾਲ Top 5 'ਚ ਫਾਈਨਲਿਸਟ ਬਣ ਗਈ ਮੈਨੂੰ ਸੀਗਾ ਵਿਨਰ ਬਣਾਂਗੇ ਕਿ ਨਹੀਂ ਪਤਾ ਨਹੀਂ ਸੋ ਮੈਂ ਉੱਥੇ ਹਾਰ ਗਈ ਮੈਂ Top 3 ਦੇ ਵਿੱਚ ਵੀ ਨਹੀਂ ਆਈ ਨੈਕਸਟ ਈਅਰ ਮੈਂ ਸੋਚਿਆ ਨਹੀਂ ਕਿਉਂਕਿ ਮੈਂ ਕੁਐਸਚਨ ਦਾ ਆਂਸਰ ਸਹੀ ਨਹੀਂ ਦੇ ਪਾਈ ਗਲਤੀ ਮੇਰੀ ਸੀ ਮੈਂ ਕਿਹਾ ਡੈਡ ਮੈਂ ਉਦੋਂ PTC ਨੇ ਅਲੱਗ ਸ਼ੁਰੂ ਕਰ ਲਿਆ ਮੈਂ ਕਿਹਾ ਡੈਡ ਮੈਂ ਕੰਪੀਟੀਸ਼ਨ 'ਚ ਜਾਣਾ ਪਰ ਡੈਡੀ ਕਹਿੰਦੇ ਤਾਇਆ ਜੀ ਕਹਿੰਦੇ ਜੋ ਪਿਛਲੇ ਸਾਲ ਕੀਤਾ ਸੀਗਾ ਉਹੀ ਹੁਣ ਕਰਨਾ ਬੰਨਾ ਤਾਂ ਹੈ ਨਹੀਂ ਟਾਈਮ ਵੇਸਟ ਕਰੋ ਠੀਕ ਆ ਉਹਨਾਂ ਨੇ ਇੱਕੋ ਵਰਡ ਸੀ ਕਹਿੰਦਾ ਕੰਜਰਖਾਨੇ 'ਚ ਕੁਛ ਨਹੀਂ ਮਿਲਦਾ ਮੈਂ ਡੈਡੀ ਇਟਸ ਨੋਟ ਕੰਜਰਖਾਨਾ ਮੈਨੂੰ ਕਰ ਲੈਂਦੇ ਮਾਈ ਚੋਇਸ ਫਿਰ ਮੇਰੇ ਫਾਦਰ ਸਾਹਿਬ ਮੰਮਾ ਬਹੁਤ ਸਪੋਰਟ ਸੀ ਉਹਨੇ ਸਾਰਿਆਂ ਦੀ ਸਾਰੀ ਫੈਮਿਲੀ ਦੀ ਸੀ ਕਹਿੰਦੇ ਚਲੋ ਫਿਰ ਜਦੋਂ ਮੈਂ ਬਣੀ ਦੈਟ ਵਾਜ਼ ਵੈਰੀ ਬਿਗ ਮੂਮੈਂਟ ਫੋਰ ਦੈਮ ਜਦੋਂ ਕਰਾਊਨ ਪੈਂਦਾ PTC ਵਾਲੇ ਤੁਹਾਡੇ ਘਰ ਇੰਟਰਵਿਊ ਲੈਣ ਆਏ ਚੈਨਲਸ ਆ ਰਹੇ ਨੇ ਇੰਟਰਵਿਊਜ਼ ਹੋ ਰਹੀਆਂ ਨੇ ਤਾਇਆ ਜੀ ਮਸ਼ਖੜੀ ਕਰ ਲਾਗੇ ਨਹੀਂ ਉਦੋਂ ਵੀ ਨਹੀਂ ਓਕੇ ਫਾਈਨ ਠੀਕ ਹੈ ਜੀ ਕਹਿੰਦੇ ਨਹੀਂ ਇੰਨਾ ਸੀਗਾ ਉਹਨਾਂ ਨੂੰ ਉਹ ਵੀ ਆਪਣੀ ਜਗ੍ਹਾ ਸਹੀ ਨੇ ਬਿਕੋਜ਼ ਸਾਡਾ ਕਰੀਅਰ ਇੱਦਾਂ ਦਾ ਜਿਹਦੇ ਵਿੱਚ ਨਾ ਸਟੇਬਿਲਿਟੀ ਨਹੀਂ ਹੈ ਤੁਹਾਡੀ ਕੋਈ ਤਨਖਾਹ ਨਹੀਂ ਲੱਗੀ ਪ੍ਰੋਪਰ ਪੇਰੈਂਟਸ ਨੂੰ ਹੁੰਦਾ ਕਹਿੰਦੇ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਬਟ ਕਦੀ ਤੁਸੀਂ ਹੀਰੋਇਨ ਨਾਲ ਇੱਕ ਫਿਲਮ ਚੱਲ ਗਈ ਦੂਜੀ ਨਾ ਚੱਲੀ ਤੁਸੀਂ ਵਿਹਲੇ ਬੈਠੇ ਹੋ ਕੀ ਕਮਾਓਗੇ ਕੀ ਖਾਓਗੇ ਸੋ ਦੈਟ ਵਾਜ਼ ਉਹ ਵੀ ਆਪਣੀ ਜਗ੍ਹਾ ਸਹੀ ਸੀਗੇ ਬਟ ਜਦੋਂ ਫਿਰ ਮੈਂ ਥੀਏਟਰ ਕਰਨਾ ਸੀ ਫਿਰ ਮੈਂ ਕਿਹਾ ਡੈਡੀ ਮੈਂ ਨਾ ਹੁਣ ਗ੍ਰੈਜੂਏਸ਼ਨ ਕਰ ਲਈ ਮੇਰੀ ਏਜ ਹੋਣੀ ਸੀਗੀ 21 ਸਾਲ ਤੋਂ ਬਾਅਦ ਪੇਪਰ ਦੇ ਸਕਦੇ IAS ਦਾ ਤਾਂ ਮੈਂ ਕਿਹਾ ਡੈਡ ਮੈਂ IAS ਦਾ ਪੇਪਰ ਦੇਣਾ ਅਜੇ ਮੇਰੇ ਕੋਲ ਸਾਲ ਪਿਆ ਤਾਂ ਮੈਂ ਪੋਸਟ ਗ੍ਰੈਜੂਏਸ਼ਨ 'ਚ ਐਡਮਿਸ਼ਨ ਲੈ ਲਾਂ ਥੀਏਟਰ 'ਚ ਉਹ ਕੀ ਹੁੰਦਾ ਮੈਂ ਕਿਹਾ ਥੀਏਟਰ ਹੁੰਦਾ ਮੈਂ ਲਾਈਵ ਆਡੀਅੰਸ ਜਿਹੜੀ ਬਹਿ ਕੇ ਐਕਟ ਕਰਦੀ ਆ ਅੱਛਾ ਮੈਂ ਤਾਂ ਕਦੀ ਸੁਣਿਆ ਨਹੀਂ ਇਹੀ ਹੁੰਦਾ ਚਲੋ ਫਿਰ ਐਡਮਿਸ਼ਨ ਲੈ ਲਈਏ ਪਿੰਡ 'ਚ ਰਹਿੰਦੇ ਹੋ ਸਾਰੇ ਹਾਂਜੀ ਪਿੰਡ 'ਚ ਬਟ ਦੀਸ ਲਾਈਕ ਦੇ ਆਰ ਡਾਕਟਰਸ ਡੋਂਟ ਨੋ ਐਨੀਥਿੰਗ ਤੁਸੀਂ ਇਹ ਡਾਕਟਰਸ ਹੋ ਗਏ ਇੰਜੀਨੀਅਰਸ ਹੋ ਗਏ ਇਹਨਾਂ ਨੂੰ ਪੜ੍ਹਾਈਆਂ ਤੋਂ ਇਲਾਵਾ ਕੁਛ ਨਹੀਂ ਪਤਾ ਸੋ ਲਾਈਕ ਉਹ ਕਹਿੰਦੇ ਸੀ ਕਿ ਅੱਛਾ ਲਾਈਵ ਐਕਟਿੰਗ ਉਹਨਾਂ ਨੂੰ ਡਾਂਸ ਗਿੱਧੇ ਭੰਗੜੇ ਦਾ ਪਤਾ ਸੀ ਬਟ ਬਟਾਲਾ ਸ਼ਹਿਰ ਹੈ ਮੇਰਾ ਛੋਟਾ ਸ਼ਹਿਰ ਉਹਦੇ 'ਚ ਥੀਏਟਰ ਬਹੁਤ ਘੱਟ ਹੁੰਦਾ ਸੋ ਥੀਏਟਰ ਦਾ ਲੋਕਾਂ ਨੂੰ ਪਤਾ ਨਹੀਂ ਚੰਡੀਗੜ੍ਹ ਵਰਗਾ ਸ਼ਹਿਰ ਕੈਨੇਡਾ 'ਚ ਲੋਕਾਂ ਨੂੰ ਬਹੁਤ ਪਤਾ ਹੈ ਸੋ ਜਦੋਂ ਇਹ ਥੀਏਟਰ ਦਾ ਗੱਲ ਕੀਤੀ ਐਡਮਿਸ਼ਨ ਲੈ ਲਈ ਚਲੋ ਔਖੇ ਸੌਖੇ ਹੋ ਕੇ ਲੈ ਲਈ ਉੱਥੋਂ ਮਿਲ ਗਈ ਫਿਲਮ ਹੁਣ ਫਿਲਮ ਕਰੇਗੀ ਮੈਂ ਯਾਰ ਬਣ ਗਈ ਆ ਮੈਂ ਕਿਹਾ ਹਾਂਜੀ ਮੈਂ ਫਿਲਮ ਕਰ ਮੈਂ ਕਿਹਾ ਦੇਖ ਲਓ ਤੁਸੀਂ ਤੁਹਾਨੂੰ ਸਹੀ ਲੱਗਦੀ ਹੈ ਫਿਰ ਸ਼ੂਟਿੰਗ ਦੇ ਨਾਲ ਗਏ ਨੇ ਉਹਨਾਂ ਨੇ ਸ਼ੂਟਿੰਗ ਦੇਖੀ ਮੇਰੀ ਉਹਨਾਂ ਨੂੰ ਬਹੁਤ ਅੱਛਾ ਲੱਗਾ ਫਿਰ ਜਦੋਂ ਫਿਲਮ ਆਈ ਫਿਰ ਤਾਇਆ ਜੀ ਕਹਿੰਦੇ ਨਹੀਂ ਅਸੀਂ ਆਪਣੇ ਕਲਚਰ ਨੂੰ ਸਾਂਭਣਾ ਦੇ ਆਰ ਕਲਚਰ ਲਵਿੰਗ ਪੀਪਲ ਕਾਊਂਟਰ ਮੈਂ ਵੀ ਹਾਂ ਆਈ ਲਵ ਮਾਈ ਪੰਜਾਬੀ ਕਲਚਰ ਆਈ ਡੋਂਟ ਵਾਂਟ ਟੂ ਗੈਟ ਐਕਸਪੋਜ਼ਡ ਔਨ ਸਕਰੀਨ ਇਹਦਾ ਮੈਂ ਸ਼ਰੇਆਮ ਕਹਿੰਦੀ ਆਈ ਹਾਂ 5 ਸਾਲ ਤੋਂ ਕੰਮ ਕਰ ਰਹੀ ਹਾਂ ਸੋ ਮੇਰਾ ਆਪਣਾ ਪਿਆਰ ਹੈ ਕਲਚਰ ਨੂੰ ਲੈ ਕੇ ਨਥਿੰਗ ਮੋਰ ਦੈਨ ਦੈਟ ਜਦੋਂ ਕਲਚਰ ਦੀ ਗੱਲ ਆਈ ਤਾਂ ਮੈਂ ਕਿਹਾ ਡੈਡ ਤੁਸੀਂ ਇੱਕ ਵਾਰੀ ਕੰਮ ਦੇਖੋ ਸੈਟਿਸਫਾਈਡ ਹੋਵੋਗੇ ਵੈਰੀ ਗੁੱਡ ਨਹੀਂ ਤਾਂ ਰਹਿਣ ਦਿਓ ਜਦੋਂ ਫਿਰ ਫਿਲਮ ਦੇਖੀ ਜਦੋਂ ਫਿਰ ਸਾਡੀ ਸ਼ੋਪ 'ਤੇ ਮੈਡੀਕਲ ਸਟੋਰ 'ਤੇ ਲੋਕ ਆ ਕੇ ਵਧਾਈਆਂ ਦਿੰਦੇ ਆ ਜੀ ਉਹ ਜਸਵਿੰਦਰ ਚੀਮਾ ਦੇ ਫਾਦਰ ਸਾਹਿਬ ਉਹ ਫਿਰ ਜਦੋਂ ਇੱਕੋ ਚੀਜ਼ ਨੂੰ ਪਲੈਟਫਾਰਮ ਮਿਲਿਆ ਹੁਣ ਸਾਡੀ ਹਾਕੀ ਦੀ ਅਕੈਡਮੀ ਹੈ ਚੀਮਾ ਹਾਕੀ ਅਕੈਡਮੀ ਬਟਾਲੇ ਦੇ ਵਿੱਚ ਫਿਰ ਉਹਦਾ ਉਦਘਾਟਨ ਮੇਰੇ ਤੋਂ ਹੁੰਦਾ ਹੁਣ ਵੱਡੇ ਵੱਡੇ ਫੰਕਸ਼ਨ ਔਰਗਨਾਈਜੇਸ਼ਨ ਮੇਰੇ ਤੋਂ ਹੁੰਦੀ ਹੈ ਜਸਵਿੰਦਰ ਉਹ ਤਾਇਆ ਜੀ ਕਹਿੰਦੇ ਮਿਸ ਪੰਜਾਬ ਇੱਧਰ ਆ ਰਿਬਨ ਕੱਟਣਾ ਅੱਜ ਆਪਾਂ ਅੱਜ ਸਾਡੇ ਇੱਥੇ ਸਿੱਧੂ ਸਾਹਿਬ ਨੇ ਆਉਣਾ ਮੈਂ ਕਿਹਾ ਵਾਹ ਜਿਵੇਂ ਮਿਸ ਪੰਜਾਬਣ ਥੋੜੀ ਜਿਹੀ ਆਕੜ ਜੀ ਨਹੀਂ ਦਿਖਾਉਂਦੀ ਨਹੀਂ ਨਹੀਂ ਮੈਂ ਫਿਰ ਬੜੀ ਖੁਸ਼ ਹੋ ਕੇ ਜਾਂਦੀ ਕਿਉਂਕਿ ਮੈਂ ਉਹਨਾਂ ਨੂੰ ਸਮਝਦੀ ਹਾਂ ਉਹ ਗਲਤ ਨਹੀਂ ਆਪਣੀ ਜਗ੍ਹਾ 'ਤੇ ਹੈਗੇ ਸਹੀ ਹੈ ਕਿਉਂਕਿ ਇਸ ਲਾਈਨ ਦੇ ਵਿੱਚ ਕੁੜੀਆਂ ਦੀ ਸੇਫਟੀ ਨੂੰ ਲੈ ਕੇ ਬਹੁਤ ਪ੍ਰੋਬਲਮਸ ਨੇ ਕਿਉਂਕਿ ਪੇਰੈਂਟਸ ਨੂੰ ਲੱਗਦਾ ਕਿ ਦਾ ਵਰਡ ਇਜ਼ ਯੂਜ਼ਡ ਫੋਰ ਦੈਮ ਇਜ਼ ਕੰਜਰਖਾਨਾ ਬਹੁਤ ਲੋਕਾਂ ਦੇ ਮੂੰਹੋਂ ਸੁਣਿਆ ਅਸੀਂ ਜਦੋਂ ਕਈ ਵਾਰੀ ਪਿੰਡਾਂ 'ਚ ਸ਼ੂਟ ਕਰਦੇ ਹਾਂ ਅਤੇ ਲੋਕ ਪੁੱਛਦੇ ਮੈਨੂੰ ਆ ਕੇ ਪਿੰਡੂ ਭੈਣੇ ਤੈਨੂੰ ਕੁੜੀਏ ਕੋਈ ਪ੍ਰੋਬਲਮ ਨਹੀਂ ਹੁੰਦੀ ਇੱਥੇ ਹੈ ਛੇੜਦੇ ਛਾੜਦੇ ਨਹੀਂ ਮੁੰਡੇ ਕੁੜੀ ਮੈਂ ਕਿਹਾ ਹੈ ਤੁਸੀਂ ਹੱਥ ਫੜ ਕੇ ਤੁਰੇ ਜਾਂਦੇ ਤੁਹਾਨੂੰ ਕੋਈ ਕਹਿੰਦਾ ਨਹੀਂ ਮੈਂ ਕਿਹਾ ਮਾਤਾ ਜੀ ਜਦੋਂ ਤੁਸੀਂ ਡਾਕਟਰ ਦੇ ਕੋਲ ਜਾਂਦੇ ਹੋ ਹੈ ਨਾ ਤੁਹਾਡਾ ਓਪਰੇਸ਼ਨ ਹੁੰਦਾ ਕਿਸੇ ਵੀ ਅੰਗ ਦਾ ਓਪਰੇਸ਼ਨ ਹੁੰਦਾ ਡਾਕਟਰ ਨੂੰ ਤੁਸੀਂ ਪੁੱਛਦ੿ਓ ਕੁਛ ਕਦੀ ਕਹਿੰਦੇ ਨਹੀਂ ਤੁਹਾਨੂੰ ਆਪਣੀ ਜਾਨ ਦੀ ਪਈ ਉਹਨਾਂ ਦਾ ਕੰਮ ਹੈ ਮੈਂ ਕਿਹਾ ਸਾਡਾ ਵੀ ਜੇ ਹੱਥ ਫੜ ਕੇ ਗਾਣਾ ਗਾ ਰਹੇ ਸਾਡਾ ਕੰਮ ਹੈ ਮੈਂ ਕਿਹਾ ਅਸੀਂ ਹੱਥ ਫੜ
ਸੋ ਕੁੜੀਆਂ ਨੂੰ ਫੇਸ ਵੀ ਕਰਨਾ ਪੈਂਦਾ ਅੱਗੇ, ਜਿਵੇਂ ਬਾਕੀ ਹੋਰ ਵੀ ਇਸ਼ੂ, ਸੈਟਲਮੈਂਟ ਹੁੰਦੀ ਆ, ਮੈਰਿਜ ਦੇ ਇਸ਼ੂ ਉੱਠਦੇ ਨੇ, ਤੁਸੀਂ ਵਿਆਹ ਕਰਨਾ ਆ, ਤੁਸੀਂ ਕਿੱਦਾਂ ਕਰੋਗੇ, ਸੋ ਲੋਟਸ ਆਫ ਇਸ਼ੂ, ਬਟ ਜੇ ਕੁੜੀ ਚੰਗੀ ਹੈ ਨਾ, ਉਹਦੀ ਨੀਅਤ ਚੰਗੀ, ਉਹਦਾ ਕੰਮ ਕਰਨ ਦਾ ਤਰੀਕਾ ਚੰਗਾ, ਜੇ ਪੇਰੈਂਟਸ, ਮੇਰੇ ਲਈ ਪੇਰੈਂਟਸ ਬਹੁਤ ਮੈਟਰ ਕਰਦੇ, ਮੇਰੇ ਮਾਂ ਬਾਪ ਖੁਸ਼ ਨੇ, ਅੱਜ ਚੌਵਾਂ ਖੁਸ਼ ਹੋ ਕੇ ਬਟਾਲੇ 'ਚ ਘੁੰਮਦੇ ਨੇ, ਮੇਰੇ ਫਾਦਰ ਸਾਹਿਬ, ਮੇਰੇ ਮੋਮ, ਸੋ ਆਈ ਐਮ ਵੈਰੀ ਹੈਪੀ। ਆਉਣ ਵਾਲੇ 5-7 ਸਾਲਾਂ ਤਾਈਂ ਤੁਸੀਂ ਕਿੱਥੇ ਦੇਖਦੇ ਹੋ ਆਪਣੇ ਆਪ? ਮੈਂ ਜੀ ਜਿਵੇਂ ਪਹਿਲਾਂ ਵੀ ਕਿਹਾ ਸੀਗਾ, ਮੈਨੂੰ ਕੁਛ ਐਕਸਪੈਕਟੇਸ਼ਨਸ ਨਹੀਂ ਹੈਗੀਆਂ ਜ਼ਿੰਦਗੀ ਤੋਂ, ਮੈਂ ਸਿਰਫ ਮਿਹਨਤ ਕਰਨ 'ਚ ਬਿਲੀਵ ਕਰਦੀ ਹਾਂ। ਮੈਨੂੰ ਪਤਾ ਨਹੀਂ ਹੁਣ ਮੇਰੀਆਂ 2 ਫਿਲਮਸ ਆ ਰਹੀਆਂ ਨੇ, ਉਹ ਕਿੱਥੋਂ ਤੱਕ ਮੈਨੂੰ ਲੈ ਕੇ ਜਾਂਦੀਆਂ ਨੇ, ਹੋ ਸਕਦਾ ਮੈਂ ਅੱਗੇ ਕੰਮ ਨਾ, ਕੁਛ ਪਤਾ ਨਹੀਂ ਹੈ ਜੀ ਇੰਡਸਟਰੀ ਦਾ, ਇਟਸ ਲਾਈਕ ਇੱਥੇ ਵੀ ਹੋ ਤਾਂ ਇੱਥੇ ਵੀ ਹੋ। ਸੋ ਆਪਣੇ ਆਪ ਨੂੰ ਅਜੇ ਮੈਂ ਸਿਰਫ ਕੰਮ ਕਰਦਿਆਂ ਦੇਖ ਰਹੀ ਹਾਂ, ਥੀਏਟਰ ਦੇ ਵਿੱਚ ਵੀ, ਮੂਵੀਜ਼ ਵਿੱਚ ਵੀ, ਐਂਡ ਹੋ ਸਕਦਾ ਮੈਂ IPS ਦਾ ਪੇਪਰ ਜੇ ਬਾਬਾ ਜੀ ਨੇ ਚਾਹੇ ਤਾਂ ਸ਼ਾਇਦ ਦੇ ਦਾਂ। ਸੋ ਲਾਈਫ ਨੂੰ ਇਹੀ ਆ ਜੀ, ਮਿਹਨਤ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਬਸ। ਪਤਾ ਨਹੀਂ ਜੀ ਮੈਨੂੰ ਇੱਦਾਂ ਕਿਉਂ ਲੱਗਦਾ ਤੁਹਾਨੂੰ ਦੇਖ ਕੇ ਕਿ ਜੇ ਤੁਸੀਂ ਉਹਦੇ ਕਹਿੰਦੇ ਆ ਵੀ ਧਾਕੜ ਪੁਲਿਸ ਵਾਲੀ ਦਾ ਜੇ ਰੋਲ ਕਰੋ ਤਾਂ ਤੁਹਾਡੇ 'ਤੇ ਬੜਾ ਸੂਟ ਕਰੂ, ਤੁਸੀਂ ਸਟੱਡੀ ਵੀ ਕੀਤੀ ਹੈ ਨਾ ਉਸ ਚੀਜ਼? ਜੀ ਜੀ ਜੀ, ਪੁਲਿਸ ਦੇ, ਪੁਲਿਸ ਐਡਮਿਨਿਸਟ੍ਰੇਸ਼ਨ ਦੇ ਬਾਰੇ ਮੈਂ ਪੜ੍ਹਿਆ ਹੋਇਆ ਕਾਫੀ। ਨਹੀਂ ਮੇਰਾ ਵੀ ਵੈਸੇ ਮੋਸਟ ਫੇਵਰੇਟ ਕਰੈਕਟਰ ਹੋਏਗਾ ਜੇ ਮੈਨੂੰ ਪੁਲਿਸ ਵਾਲੇ ਦਾ ਰੋਲ ਮਿਲੇਗਾ, ਆਈ ਲਵ ਦੈਟ। ਸੋ ਮੈਂ ਸਿੰਘਮ ਵਰਗੀ ਫਿਲਮ ਮੈਂ ਪਤਾ ਨਹੀਂ ਕਿੰਨੀ ਵਾਰੀ ਦੇਖ ਚੁੱਕੀ ਹਾਂ। ਵਾਂਟਡ ਫਿਲਮ ਜਦੋਂ ਮੈਂ ਦੇਖੀ ਸੀ ਸਲਮਾਨ ਖਾਨ ਦੀ, ਉਸ ਮੈਂ ਸਲਮਾਨ ਖਾਨ ਨੂੰ ਪਹਿਲਾਂ ਇੰਨਾ ਨਹੀਂ ਪਸੰਦ ਕਰਦੀ ਸੀ, ਬਾਅਦ ਚੋਂ ਫਿਲਮ ਦੇਖ ਕੇ, ਉਹਦਾ ਕਿਰਦਾਰ ਦੇਖ ਕੇ ਪੁਲਿਸ ਦਾ, ਆਈ ਗੈਟ ਅਟਰੈਕਟਿਡ ਟੂਵਰਡਸ ਦੈਟ। ਸੋ ਮੈਨੂੰ ਇਹ ਕਰੈਕਟਰ ਨਾਲ ਵੈਸੇ ਵੀ ਪਿਆਰ ਹੈ ਜੀ। ਜਸਪਿੰਦਰ ਚੀਮਾ ਦੇ ਤਾਂ ਮੇਰੇ ਖਿਆਲ 'ਚ ਹੁਣ ਜਿੱਥੇ ਜਿੱਥੇ ਪੰਜਾਬੀ ਕਾਫੀ ਫੈਨ ਹੁੰਦੇ ਨੇ, ਜਸਪਿੰਦਰ ਚੀਮਾ ਕਿਹਨਾਂ ਦੀ ਫੈਨ? ਹਾਏ ਜੀ, ਮੈਂ ਵੈਸੇ ਕਿਰਨ ਬੇਦੀ ਜੀ ਦੀ ਫੈਨ ਹਾਂ। ਉਹ ਮੇਰੀ ਸਾਡੀ ਲਾਈਨ ਦੇ ਨਾਲ ਨਹੀਂ ਰਿਲੇਟਡ ਹੈਗੇ, ਉਹ ਪੁਲਿਸ ਲਾਈਨ ਦੇ ਨਾਲ ਰਿਲੇਟਡ ਨੇ, ਬਟ ਮੈਂ ਉਹਨਾਂ ਦੀ ਫੈਨ ਇਸ ਕਰਕੇ, ਉਹਨਾਂ ਦਾ ਮਿਹਨਤ ਕਰਨ ਦਾ ਤਰੀਕਾ, ਜੋ ਉਹਨਾਂ ਨੇ, ਉਹ ਅੰਮ੍ਰਿਤਸਰ ਵਰਗੇ ਏਰੀਆ ਤੋਂ ਬਿਲੋਂਗ ਕਰਦੇ ਨੇ, ਸੋ ਉਹਨਾਂ ਦੀ ਫੈਨ ਆ। ਬਾਕੀ ਜੇ ਇੰਡਸਟਰੀ ਦੇ ਵਾਈਜ਼ ਕਿਹਾ ਜਾਏ ਤਾਂ ਮੈਂ ਪ੍ਰਿਯੰਕਾ ਚੋਪੜਾ, ਜੂਹੀ ਚਾਵਲਾ, ਇਹਨਾਂ ਨੂੰ ਬਹੁਤ ਪਸੰਦ ਕਰਦੀ ਹਾਂ। ਰੀਸੈਂਟਲੀ ਸੋਨਾਕਸ਼ੀ ਸਿਨਹਾ ਮੈਨੂੰ ਬਹੁਤ ਅੱਛੀ ਲੱਗਦੀ ਹੈ ਐਂਟਰਟੇਨਮੈਂਟ ਦੇ ਤਰੀਕੇ ਨਾਲ। ਸੋ ਜੀ ਮੈਂ ਤਾਂ ਅਮਿਤਾਬ ਬੱਚਨ ਵਰਗੇ ਨੂੰ ਪਸੰਦ ਕਰਦੀ ਹਾਂ, ਮੈਂ ਆਈ ਲਾਈਕ ਐਵਰੀ, ਕੋਈ ਇੱਕ 'ਚ ਸਿੰਗਲ ਚੋਇਸ ਨਹੀਂ, ਪੰਜਾਬੀਆਂ 'ਚ ਇੱਕੋ ਚੋਇਸ ਹੈ, ਉਹ ਹੈਗੇ ਗੁਰਦਾਸ ਮਾਨ ਸਾਹਿਬ। ਅੱਛਾ, ਤੁਸੀਂ ਇੱਕ ਐਕਟਰੈਸ ਹੋ, ਤੁਸੀਂ ਤਾਂ ਵੱਖ ਵੱਖ ਰੋਲ ਕਰੋਂਗੇ ਜਿੰਨਾ ਚਿਰ ਤੁਸੀਂ ਫਿਲਮਾਂ ਕਰਨੀਆਂ, ਪਰ ਵੈਸੇ ਤੁਹਾਡੇ ਮਨ ਦੇ ਨੇੜੇ ਕਿਹੋ ਜਿਹੀਆਂ ਫਿਲਮਾਂ ਹੁੰਦੀਆਂ, ਕਿਹੋ ਜਿਹੀਆਂ ਫਿਲਮਾਂ ਦੇਖਣੀਆਂ ਪਸੰਦ ਕਰਦੇ ਹੋ? ਮੈਂ ਕੋਈ ਸਿੰਗਲ ਚੋਇਸਡ ਪਰਸਨ ਨਹੀਂ ਹੈਗੀ, ਮੈਨੂੰ ਕਾਮੇਡੀ ਵੀ ਅੱਛੀ ਲੱਗਦੀ, ਐਕਸ਼ਨ ਵੀ ਅੱਛਾ ਲੱਗਦਾ, ਸਭ ਕੁਝ ਅੱਛਾ ਲੱਗਦਾ, ਪਰ ਜਿਵੇਂ ਬਰਫੀ ਫਿਲਮ ਸੀਗੀ ਪ੍ਰਿਯੰਕਾ ਚੋਪੜਾ ਦਾ ਕਿਰਦਾਰ, ਸੋ ਬਲੈਕ ਫਿਲਮ ਸੀ ਰਾਨੀ ਮੁਖਰਜੀ ਦੀ, ਸੋ ਜਿਹਦੇ 'ਚ ਕੁਛ ਅਲੱਗ ਕਰਨ ਦਾ ਮੌਕਾ ਮਿਲਦਾ, ਸੋ ਮੈਨੂੰ ਇੱਦਾਂ ਦੀ ਫਿਲਮਸ ਕਰਨ ਦਾ ਜ਼ਿਆਦਾ ਰੀਝ ਹੈ, ਜ਼ਿਆਦਾ ਰੀਝ ਹੈ, ਖੁਸ਼ੀ ਉਹਦੀ ਕਰੂੰਗੀ ਤਾਂ। ਜਸਪਿੰਦਰ ਜੀ, ਬਹੁਤ ਕੁੜੀਆਂ ਹੋਣੀਆਂ ਪੰਜਾਬਣ ਜਿਹੜੀਆਂ ਆਉਣਾ ਚਾਹੁੰਦੀਆਂ ਨੇ ਫਿਲਮਾਂ ਦੇ ਵਿੱਚ, ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਵਾਕਈ ਹੀ ਇਹ ਇੰਡਸਟਰੀ ਸੇਫ ਹੈ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ, ਜਾਂ ਕਿਤੇ ਨਾ ਕਿਤੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਵੀ ਮੈਂ ਐਕਟਰੈਸ ਨਾ ਬਣਾ ਅਤੇ ਮੈਂ ਜਿੱਦਾਂ ਘਰ ਦੇ ਕਹਿੰਦੇ ਉੱਦਾਂ ਕਰਾਂ? ਇੱਕ ਮੈਂ ਖੁਲਾਸਾ ਤਾਂ ਨਹੀਂ ਕਰਦੀ, ਬਟ ਇਹ ਰਿਐਲਿਟੀ ਹੈ ਜੀ, ਲਾਈਨ ਕੋਈ ਵੀ ਸੇਫ ਨਹੀਂ ਕੁੜੀ ਵਾਸਤੇ, ਇਹ ਸੱਚਾਈ ਹੈ। ਤੁਸੀਂ ਕਿਸੇ ਲਾਈਨ 'ਚ ਚਲੇ ਜਾਓ, ਤੁਸੀਂ ਪੁਲਿਸ ਲਾਈਨ 'ਚ ਚਲੇ ਜਾਓ, ਡਾਕਟਰ ਦੀ ਲਾਈਨ 'ਚ ਚਲੇ ਜਾਓ, ਮੈਂ ਡਾਕਟਰੀ ਕੀਤੀ ਹੋਈ ਹੈ, ਮੈਨੂੰ ਵੀ ਚੀਜ਼ਾਂ ਸਮਝੀਆਂ ਨੇ, ਜੇ ਕੁੜੀ ਖੁਦ ਚਾਹੇ ਤਾਂ ਸੇਫ ਹੈ, ਉਹ ਨਹੀਂ ਚਾਹੇਗੀ ਤਾਂ ਕਿਤੇ ਸੇਫ ਨਹੀਂ। ਸਾਡੀ ਲਾਈਨ ਦਾ ਸਿਰਫ ਪ੍ਰੋਬਲਮ ਇੱਕ ਹੈ ਜੀ, ਐਕਸਪੋਜ਼ਰ, ਐਕਸਪੋਜ਼ਰ ਬਹੁਤ ਹੈ, ਕਿਸੇ ਨੇ ਕਿਸੇ ਨੂੰ ਛੇੜਤਾ, ਇੱਕੋ ਕੁੜੀ ਨੇ ਰੌਲਾ ਪਾਤਾ ਕੈਮਰੇ 'ਤੇ ਆ ਕੇ, ਬਟ ਜੋ ਅੰਦਰ ਖਾਤੇ ਬਾਕੀ ਲਾਈਨਸ 'ਚ ਹੁੰਦਾ ਉਹ ਕਿਸੇ ਨੂੰ ਨਹੀਂ ਪਤਾ, ਕੀ ਪਤਾ ਕੀ ਕੀ ਕਿਸੇ ਕੁੜੀ ਨਾਲ ਹੁੰਦਾ। ਸੋ ਜੀ ਇਹ ਲਾਈਨ ਓਨੀ ਸੇਫ ਹੈ ਜਿੰਨੀ ਬਾਕੀ ਲਾਈਨ ਸੇਫ ਨੇ, ਜੇ ਕੁੜੀ ਉਹ ਤੁਹਾਡੇ 'ਚ ਦਮ ਹੈ ਨਾ, ਤੁਹਾਨੂੰ ਕੋਈ ਨਹੀਂ ਰੋਕ ਸਕਦਾ, ਜੇ ਤੁਹਾਡੇ ਦਮ ਨਹੀਂ ਹੈਗਾ ਤਾਂ ਤੁਹਾਡੇ ਪੈਰ ਕਿਤੇ ਨਹੀਂ ਟਿਕਣਗੇ। ਸੋ ਹਿੰਮਤ ਨਾ ਹਾਰੋ, ਮੇਰੀ ਇਹੀ ਰੀਝ ਆ, ਬਾਕੀ ਆਪਣਾ ਫੋਕਸ ਕਲੀਅਰ ਰੱਖੋ। ਕਹਿੰਦੇ ਇੱਕ ਰਿਸ਼ਤੇ ਦੇ ਵਿੱਚ ਜਦੋਂ ਤੁਸੀਂ ਆਪਣਾ ਕਿਸੇ ਨੂੰ ਪਿਆਰ ਕਰਦੇ ਹੋ, ਆਪਣੀ ਮੁਹੱਬਤ ਕਰਦੇ ਹੋ, ਗੁਰਦਾਸ ਮਾਨ ਸਾਹਿਬ ਨੇ ਜਿਵੇਂ ਆਪਣਾ ਲਾਈਫ, ਮੈਰਿਜ ਲਾਈਫ ਕਿੰਨੀ ਸੋਹਣੀ ਉਹਨਾਂ ਦੀ ਮੈਰਿਜ ਲਾਈਫ ਹੈ, ਸੋ ਉਹ ਵੀ ਫੋਕਸ ਦੀ ਗੱਲ ਕਰਦੇ। ਫੋਕਸ ਜੇ ਤੁਸੀਂ ਪਿਆਰ ਵਿੱਚ ਫੋਕਸਡ ਹੋ, ਤੁਸੀਂ ਡਿਸਟਰਬ ਨਹੀਂ ਹੋ, ਤੁਸੀਂ ਇੱਕ ਬੰਦੇ ਨਾਲ ਸਾਰੀ ਉਮਰ ਕੱਟ ਸਕਦੇ ਹੋ। ਕਰੀਅਰ 'ਚ ਫੋਕਸਡ ਹੋ, ਤੁਹਾਡਾ ਫੋਕਸ ਕਲੀਅਰ ਹੈ ਤਾਂ ਤੁਸੀਂ ਸਾਰੀ ਉਮਰ, ਤਾਂ ਉਮਰ ਆਪਣਾ ਵਧੀਆ ਕਮਾ ਸਕਦੇ ਹੋ। ਜੇ ਫੋਕਸ ਹੀ ਹਿੱਲਿਆ ਨਾ ਬੰਦੇ ਦਾ, ਫਿਰ ਬੰਦਾ ਕੁਛ ਨਹੀਂ ਕਰ ਸਕਦਾ ਲਾਈਫ। ਜਸਪਿੰਦਰ ਜੀ, ਜਿੱਦਾਂ ਤੁਹਾਡੀਆਂ ਗੱਲਾਂ ਤੋਂ ਸਾਨੂੰ ਪਤਾ ਲੱਗਿਆ ਤੁਹਾਡੇ 'ਚ ਟੈਲੈਂਟ ਸੀ ਤਾਂ ਤੁਸੀਂ ਅੱਗੇ ਆਏ, ਹੁਣ ਲੋਕ ਤੁਹਾਨੂੰ ਜਾਣਦੇ ਨੇ, ਆਡੀਅੰਸ ਜਾਣਦੀ ਆ, ਇਹ ਤੁਹਾਨੂੰ ਲੱਗਦਾ ਕਿ ਇਸ ਇੰਡਸਟਰੀ ਦੇ ਵਿੱਚ ਜੇ ਕਿਸੇ ਕੋਲ ਟੈਲੈਂਟ ਹੈਗਾ ਤਾਂ ਉਹਨੂੰ ਕਿਸੇ ਸਿਫਾਰਿਸ਼ ਜਾਂ ਕਿਸੇ ਪੈਸੇ ਦੀ ਲੋੜ ਨਹੀਂ? ਬਿਲਕੁਲ ਜੀ, ਡੈਫੀਨੇਟਲੀ, ਬਿਕੋਜ਼ ਮੈਂ ਇੱਕ ਖੁੱਲ੍ਹੀ ਕਿਤਾਬ ਹੈ ਮੇਰੀ ਇਸ ਚੀਜ਼ ਨੂੰ। ਤੁਸੀਂ ਥੀਏਟਰ ਡਿਪਾਰਟਮੈਂਟ ਆਫ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ PU ਕਿਸੇ ਨੂੰ ਵੀ ਪੁੱਛ ਸਕਦੇ ਹੋ ਮੈਨੂੰ ਕਿੱਦਾਂ ਫਿਲਮ ਇੰਡਸਟਰੀ 'ਚੋਂ ਐਂਟਰੀ ਮਿਲੀ। ਸਿਰਫ ਇੱਕ ਆਡੀਸ਼ਨ ਦਿੱਤਾ ਸੀ, ਆਪਣੇ ਉੱਤੇ ਕੋਨਫੀਡੈਂਸ ਸੀਗਾ, ਆਡੀਸ਼ਨ ਦਿੱਤਾ, ਉਸ ਤੋਂ ਬਾਅਦ ਜੋ ਕਰੈਕਟਰ 'ਤੇ ਸੂਟੇਬਿਲਿਟੀ ਸੀਗੀ ਉਹਨੂੰ ਪੂਰਾ ਕੀਤਾ, ਉਸ ਤੋਂ ਬਾਅਦ ਮੇਰੇ ਹੱਥ 'ਚ ਮੈਂ ਆਪਣਾ ਕਰੀਅਰ ਕਿੱਧਰ ਨੂੰ ਲੈ ਕੇ ਜਾਂਦੀ, ਚੋਇਸ ਕੀ ਕਰਦੇ ਹੋ ਤੁਸੀਂ। ਸੋ ਮੈਨੂੰ ਕੋਈ ਸਿਫਾਰਿਸ਼ ਤਾਂ ਮੈਨੂੰ ਬਿਲਕੁਲ ਨਹੀਂ, ਬਾਕੀ ਮਾਂ ਜੀ ਨੇ ਹੱਥ ਰੱਖਿਆ ਮੇਰੇ ਸਿਰ 'ਤੇ। ਸੋ ਅੱਛੇ ਡਾਇਰੈਕਟਰਸ ਨੂੰ ਚੂਜ਼ ਕਰੋ, ਅੱਛੇ ਡਾਇਰੈਕਸ਼ਨ ਦੇ ਅੰਡਰ
थैंक यू जी, मेरे वालों भी थोड़े पूरे चैनल नू वधाइयां, क्योंकि मैंने इतने आके मौका मिला अपने दिल की गल्लां शेयर करन दा। पर कुड़ियों सही गल कहूँगी, लोगों की गल्लां च नहीं आना, बेवकूफ नहीं बनना। जे थोड़े च दम है, कोई सिफारिश की लोड़ नहीं है, कोई किसी की लोड़ नहीं है, थानू थोड़े च दम है, तुसीं अगे आओगे। जे थोड़े च दम नहीं है, सिफारिश ला के भी कुछ नहीं बनूगा। सो बी कॉन्फिडेंट, अपने उत्ते विश्वास रखो, राइज करोगे हमेशा। थैंक यू जी, थैंक यू, धन्यवाद। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ ਅਤੇ ਤੁਸੀਂ ਵੇਖ ਰਹੇ ਹੋ ਦੇਸੀ ਜੱਟ ਨੂੰ ਦੇਸੀ ਕਲੋਜ਼ ਲੁੱਕ ਦੇ ਵਿੱਚ। ਕਲੋਜ਼ ਲੁੱਕ ਇਜ਼ ਬ੍ਰੌਟ ਟੂ ਯੂ ਬਾਈ ਐਪਲਵੁੱਡ ਕੀਆ। ਟੂ ਲੋਕੇਸ਼ਨਸ ਇਨ ਸਰੀ ਐਂਡ ਲੈਂਗਲੀ, ਐਪਲਵੁੱਡ ਕੀਆ। Park Avenue West in Surrey. ParkAvenueLiving.ca.